एक गलत सच है कि कुड़ी अजे तक घर वापस नहीं पुजी। पिछले 5 साल तो एक ग्रूमिंग चलती आ रही थी, पर शायद इन्होंने नाल जान तो डर रही थी या इनकार किया सी, तां ही उन्होंने 5-7 बंदियां दा सहारा लेके उन्हें रात को कढ़ना पै गया। बच्ची तुहाडे कोल पहुंची नहीं, साढ़े कोल पहुंची नहीं, तो इस समझौते का की मतलब है? आई वाश दी तौर की है। रात दे वेले 7 बंदे गए जी, बच्ची नूं अगवा कीता। The person who is being groomed doesn't know that he or she is being groomed. ये ओनू पता लगे कि मैं groomed है, कभी हो भी ना groomed. Most likely 70% कुड़ी नू तां भजाउंदे जदों 16 साल तो बाद हो जाए। It was a full plan. ये मतलब जिहड़ी grooming है pro plan दे नाल होई है कि आ बच्ची अज 13-14 साल दी होई है, इहनू वरगलाना शुरू कर दिओ ताकि जदों 18 साल तक होवे इह बिल्कुल साडे वल खिच्ची चली जाए। जे साडे कोल केस आउंदा है ना ते इस बच्ची नू अंडर इहनू एक न्यूट्रल ग्राउंड दित्ता जांदा। अंदाज़ा ला ਜਦੋਂ ਇਦਾਂ ਦੀ ਸਥਿਤੀ ਦੇ ਵਿੱਚ ਉਹ ਕੁੜੀ ਜਾ ਰਹੀ ਹੈ ਕਿ ਜਿਹੜਾ ਮੁੰਡੇ ਨੂੰ ਆਪ ਇਸਲਾਮ ਦਾ ਨਹੀਂ ਪਤਾ, ਉਹ ਇਸਲਾਮ ਕਨਵਰਟ ਕਿਉਂ ਕਰੇਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ, ਆਪ ਜੀ ਦੇ ਚਰਨ ਪਰਸਦੇ ਹੋਏ। ਜਿਵੇਂ ਕਿ ਆਪ ਜਾਣਦੇ ਹੋ ਕਿ ਅੱਜ ਦੇ ਦਿਨ ਯਾਨੀ ਕਿ ਵੀਰਵਾਰ ਵਾਲੇ ਦਿਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਮੁੱਦੇ ਪ੍ਰੋਗਰਾਮ ਦੇ ਵਿੱਚ, ਮੈਂ ਸਿੱਖ ਕੌਮ ਦੇ ਨਾਲ ਕਿਸੇ ਵੀ ਉਸ ਐਸੇ ਸੰਬੰਧਿਤ ਮੁੱਦੇ ਨੂੰ ਲੈ ਕੇ ਆਉਣਾ ਜਿਸ ਦਾ ਵਾਵਸਥਾ ਸਾਡੀ ਕੌਮ ਨਾਲ ਜਾਂ ਸਾਡੇ ਧਰਮ ਦੇ ਨਾਲ ਹੁੰਦਾ ਹੈ। ਇਸ ਵਕਤ ਦਾ ਅੱਜ ਦਾ ਮੁੱਦਾ ਕਾਫੀ ਗੰਭੀਰ ਹੈ। ਅਗਰ ਆਪ ਨੇ ਦਾਸ ਦਾ ਪਿਛਲੇ ਵੀਰਵਾਰ 9 ਤੋਂ 10 ਵਜੇ ਦਾ ਪ੍ਰੋਗਰਾਮ ਦੇਖਿਆ ਹੋਵੇਗਾ, ਜਿਸ ਦੇ ਵਿੱਚ ਅਸੀਂ ਇੱਕ ਐਸੀ ਸਿੱਖ ਬੱਚੀ ਦੀ ਗੱਲ ਕੀਤੀ ਸੀ ਜਿਹੜੀ ਕਿ ਪਾਕਿਸਤਾਨ ਦੀ ਰਹਿਣ ਵਾਲੀ ਸਿੱਖ ਬੱਚੀ ਹੈ, ਔਰ ਉਸ ਸਿੱਖ ਬੱਚੀ ਦੇ ਨਾਲ ਕੀ ਕੁਝ ਵਾਪਰਿਆ, ਕੀ ਘਟਨਾਕ੍ਰਮ ਹੋਇਆ, ਇਹ ਪਿਛਲੇ ਹਫ਼ਤੇ ਤੋਂ ਲਗਾਤਾਰ ਵਾਇਰਲ ਹੋ ਰਿਹਾ, ਉਸ ਦਿਨ ਦੇ ਬਾਅਦ, ਉਸ ਪ੍ਰੋਗਰਾਮ ਤੋਂ ਬਾਅਦ, ਔਰ ਲਗਾਤਾਰ ਹੀ ਆਪ ਜੀ ਚੰਗੀ ਤਰ੍ਹਾਂ ਭਲੀਭਾਂਤ ਹੁਣ ਤੱਕ ਜਾਣੂ ਹੋ ਚੁੱਕੇ ਹੋਵੋਗੇ। ਲੇਕਿਨ ਇਸ ਵਕਤ ਜਿਸ ਵਕਤ ਇੱਕ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਇੱਕ ਬੱਚੀ ਪਾਕਿਸਤਾਨ ਦੀ ਸਿੱਖ ਬੱਚੀ ਹੈ, ਤੰਬੂ ਸਾਹਿਬ ਗੁਰਦੁਆਰੇ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬਾਨ ਨੇ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਜੀ, ਉਹਨਾਂ ਦੀ ਬੱਚੀ ਹੈ, ਜਸਮੀਤ ਕੌਰ ਉਸ ਬੱਚੀ ਦਾ ਨਾਮ ਹੈ, ਜਗਜੀਤ ਕੌਰ ਉਸ ਬੱਚੀ ਦਾ ਨਾਮ ਹੈ, ਔਰ ਉਸ ਬੱਚੀ ਨੂੰ ਹੁਣ ਕਿਸ ਤਰੀਕੇ ਦੇ ਨਾਲ ਕੀ ਘਟਨਾਕ੍ਰਮ ਵਾਪਰਿਆ, ਇਹਦੇ ਬਾਰੇ ਡਿਟੇਲ ਇਸ ਵਕਤ ਤੱਕ ਵੱਖ ਵੱਖ ਤਰੀਕਿਆਂ ਦੇ ਨਾਲ ਸਾਡੇ ਪਾਸ ਪਹੁੰਚੀ ਹੈ। ਲੇਕਿਨ ਅੱਜ ਸਾਡੇ ਨਾਲ ਉਸ ਬੱਚੀ ਦੇ ਕਜ਼ਨ ਖੁਦ ਮੌਜੂਦ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਔਰ ਤਾਜ਼ਾ ਸੂਰਤ ਹਾਲ ਉਸ ਵਕਤ ਜਾਣਨੇ ਜ਼ਰੂਰੀ ਬਣ ਜਾਂਦੇ ਨੇ ਜਦੋਂ ਪਿਛਲੇ ਲਗਾਤਾਰ ਇੱਕ ਹਫ਼ਤੇ ਤੋਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਜੀ ਬੱਚੀ ਆਪਣੇ ਘਰ ਆ ਗਈ ਹੈ, ਬੱਚੀ ਮਾਂ ਬਾਪ ਦੇ ਹਵਾਲੇ ਕਰ ਦਿੱਤੀ ਗਈ ਹੈ, ਬੱਚੀ ਜਿਹੜੀ ਹੈ ਦਾਰੁਲ ਉਲੂਮ ਨੂੰ ਦਿੱਤੀ ਗਈ ਹੈ ਜਾਂ ਉੱਥੋਂ ਦੇ ਕਿਸੇ ਕੇਅਰ ਸੈਂਟਰ ਦੇ ਵਿੱਚ ਹੈ, ਬੱਚੀ ਪੁਲਿਸ ਸੰਘਰਸ਼ਾਂ ਦੇ ਹੇਠ ਹੈ, ਬੱਚੀ ਸ਼ਾਮ ਤੱਕ ਘਰ ਆ ਜਾਏਗੀ ਜੀ। ਲੇਕਿਨ ਜਿੱਥੋਂ ਤੱਕ ਸਾਡੀ ਅੱਜ ਦੀ ਤਾਜ਼ਾ ਖਬਰ ਹੈ ਕਿ ਉਹ ਬੱਚੀ ਅਜੇ ਵੀ ਮਾਂ ਬਾਪ ਦੇ ਹਵਾਲੇ ਨਹੀਂ ਕੀਤੀ ਗਈ। ਇਹਦੇ ਲਈ ਮੇਰੇ ਪਾਸ ਇੱਕ ਫੁਟੇਜ ਹੈ, ਉਸ ਫੁਟੇਜ ਦੇ ਵਿੱਚ ਮੈਂ ਬਾਅਦ ਦੇ ਵਿੱਚ ਆਪ ਜੀ ਨੂੰ ਫੁਟੇਜ ਦਿਖਾਵਾਂਗਾ, ਉਸ ਫੁਟੇਜ ਦੇ ਵਿੱਚ ਗਵਰਨਰ ਦੇ ਨਾਲ ਸਰਦਾਰ ਭਗਵੰਤ ਸਿੰਘ ਵੀ ਖੜ੍ਹੇ ਨੇ, ਔਰ ਜਿਹੜਾ ਉਹਨਾਂ ਦਾ ਮੁਸਲਮਾਨ ਹੈ ਉਸ ਦੇ ਫਾਦਰ ਵੀ ਉਹਦੇ ਨਾਲ ਖੜ੍ਹੇ ਨੇ, ਔਰ ਇਹ ਕਹਿ ਰਹੇ ਨੇ ਕਿ ਅਸੀਂ ਦੋਨਾਂ ਨੇ ਆਪਸ ਦੇ ਵਿੱਚ ਸਮਝੌਤਾ ਕਰ ਰਹੇ ਹਾਂ। ਇਹ ਸਮਝੌਤਾ ਕੀ ਹੈ, ਇਸ ਸਮਝੌਤੇ ਦੀ ਗਰਾਊਂਡ ਕੀ ਹੈ, ਅਸੀਂ ਇਹ ਵੀ ਅੱਜ ਗੱਲ ਕਰਾਂਗੇ ਕਿ ਸਮਝੌਤਾ ਜਿਹੜਾ ਹੈ ਉਹ ਸਾਡੇ ਦਿਲਾਂ ਨੂੰ ਠਾਰ ਪਹੁੰਚਾ ਸਕੇਗਾ, ਉਸ ਸਮਝੌਤੇ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ। ਅਲਟੀਮੇਟਲੀ ਉਹਨਾਂ ਨੇ ਉਸ ਸਮਝੌਤੇ ਦੇ ਵਿੱਚ ਕਿਹਾ ਕਿ ਅਸੀਂ ਇੱਕ ਦੂਸਰੇ ਦੇ ਖਿਲਾਫ਼ ਜਿਹੜੇ ਪੁਲਿਸ ਕੇਸ ਨੇ FIR ਜਾਂ ਜੋ ਵੀ ਹੈ ਉਹ ਵਾਪਸ ਲੈਂਦੇ ਹਾਂ, ਯਾਨੀ ਕਿ ਇੱਕ ਮਾਮਲੇ ਨੂੰ ਉਹਨਾਂ ਵੱਲੋਂ ਠੰਡਾ ਕੀਤੇ ਜਾਣ ਦੀ ਕੋਸ਼ਿਸ਼ ਹੈ। ਲੇਕਿਨ ਕੀ ਇਸ ਤਰ੍ਹਾਂ ਕਰਕੇ ਉਹ ਜਿਹੜੇ ਇਸ ਵਕਤ ਸਿੱਖ ਖੇਡਦੇ ਨੇ ਉਹਨਾਂ ਨੂੰ ਠਾਰ ਸਕਣਗੇ? ਤੋ ਇੱਦਾਂ ਦੇ ਕਈ ਕੁਸ਼ਚਨ ਸਾਡੇ ਪਾਸ ਅੱਜ ਮੌਜੂਦ ਰਹਿਣਗੇ। ਲੇਕਿਨ ਅੱਜ ਸਾਡੇ ਆਹੋ ਭਾਗ ਨੇ, ਮੇਰੇ ਲਈ ਤਾਂ ਖਾਸ ਕਰਕੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਨਾਲ ਉਹ ਪਿਆਰੀ ਸ਼ਖਸੀਅਤ ਸ਼ਾਮਲ ਹੈ ਸਿੱਖ ਕੌਮ ਦੀ, ਜਿਨ੍ਹਾਂ ਦਾ ਅਸੀਂ ਹਰ ਪੱਖੋਂ ਜਿੰਨਾ ਵੀ ਸਤਿਕਾਰ ਕਰੀਏ ਉਨਾ ਹੀ ਥੋੜ੍ਹਾ ਹੈ। ਮੇਰੇ ਕਹਿਣ ਤੋਂ ਮੁਰਾਦ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਸਾਹਿਬ, ਭਾਈ ਮੋਹਨ ਸਿੰਘ ਸਾਹਿਬ ਜੀ, ਜਿਹੜੇ ਕਿ ਇੰਗਲੈਂਡ ਦੇ ਵਿੱਚ ਪਿਛਲੇ ਲਗਭਗ ਜਦੋਂ ਤੋਂ ਮੈਂ ਦੇਖ ਰਿਹਾ ਮੇਰੇ ਕੋਲ 17-18-19 ਸ਼ਾਇਦ ਇਸ ਤੋਂ ਵੀ ਜ਼ਿਆਦਾ ਵਰੇ ਹੋ ਜਾਣਗੇ, ਉਹ ਜਿਹੜੇ ਸੈਕਸੁਅਲ ਗਰੂਮਿੰਗ ਦੇ ਉੱਤੇ ਕੰਮ ਕਰ ਰਹੇ ਨੇ, ਕਿਉਂਕਿ ਇਹ ਜਿਹੜੀ ਸਮੱਸਿਆ ਅੱਜ ਮੁਸਲਮਾਨ ਦੇਸ਼ ਦੇ ਵਿੱਚ ਪਨਪੀ ਹੈ, ਪਾਕਿਸਤਾਨ ਦੇ ਵਿੱਚ ਪਨਪੀ ਹੈ, ਜਿੱਥੇ ਉਹਨਾਂ ਦਾ ਆਪਣਾ, ਕਿਉਂਕਿ ਉਹ ਰਿਪਬਲਿਕਨ ਆਫ ਮੁਸਲਮਾਨ ਕਹਿੰਦੇ ਨੇ, ਮੁਸਲਿਮ ਕੰਟਰੀ ਕਹਿੰਦੇ ਨੇ, ਔਰ ਇਸ ਤੋਂ ਬਾਅਦ ਕੁਛ ਸਾਡੇ ਸਿੱਖਾਂ ਵੱਲੋਂ ਵੀ ਇਹ ਵੀ ਅੱਜ ਕੁਸ਼ਚਨ ਅੱਜ ਦੀ ਇਸ ਡਿਬੇਟ ਦੇ ਵਿੱਚ ਸ਼ਾਮਿਲ ਰਹੇਗਾ ਕਿ ਕਿਉਂ ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਦੀ ਜਾਂ ਪਾਕਿਸਤਾਨ ਦੀ ਹੀ ਪੈਰਵੀ ਕਰਨੀ ਜਾਇਜ਼ ਸਮਝੀ, ਖਾਸ ਕਰਕੇ ਇਸ ਮੌਕੇ ਉੱਪਰ ਜਿਸ ਮੌਕੇ ਉੱਪਰ ਸਵਾਲ ਸਾਡੇ ਧਰਮ ਦਾ ਹੈ, ਇਸ ਵਕਤ ਸਵਾਲ ਸਾਡੇ ਧਰਮ ਦਾ ਹੈ ਔਰ ਸਾਡਾ ਧਰਮ ਸਾਡੀ ਆਨ ਹੈ। ਤੋ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਮੋਹਨ ਸਿੰਘ ਸਾਹਿਬ ਜੀ ਸ਼ਾਮਿਲ ਨੇ, ਜਿਹੜੇ ਪਿਛਲੇ 19 ਵਰ੍ਹਿਆਂ ਤੋਂ ਇਸੇ ਉੱਪਰ, ਇਸੇ ਹੀ ਸੈਕਸੁਅਲ ਗਰੂਮਿੰਗ ਉੱਪਰ ਇੱਥੇ ਇਸ ਕੰਟਰੀ ਦੇ ਵਿੱਚ, ਫਿਰ ਹੁਣ ਵਰਲਡ ਵਾਈਡ, ਕਿਉਂਕਿ ਇਹ ਜਿਹੜੀ ਸਮੱਸਿਆ ਕੇਵਲ ਪਾਕਿਸਤਾਨ ਦੇ ਵਿੱਚ ਨਹੀਂ ਹੈ, ਲੇਕਿਨ ਪਾਕਿਸਤਾਨ ਦੇ ਵਿੱਚ ਰਾਜ ਉਹਨਾਂ ਦਾ ਹੈ,
ਇਹ ਸਾਡੇ ਲਈ ਥੋੜ੍ਹੀ ਜਿਹੀ ਇੱਕ ਬਹੁਤ ਵੱਡੀ ਗੰਭੀਰ ਔਰ ਦੇਖਣ ਵਾਲੀ ਗੱਲ ਹੋਏਗੀ ਕਿ ਜਦੋਂ ਉੱਥੇ ਰਾਜ ਉਹਨਾਂ ਦਾ ਅਸੀਂ ਘੱਟ ਗਿਣਤੀ ਹਾਂ, ਘੱਟ ਗਿਣਤੀ ਅਸੀਂ ਹਿੰਦੁਸਤਾਨ ਦੇ ਵਿੱਚ ਵੀ ਹਾਂ। ਇਹਦਾ ਮਤਲਬ ਇਹ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਸਾਡੇ ਨਾਲ ਜ਼ੁਲਮ ਨਹੀਂ ਹੋ ਰਿਹਾ, ਜਾਂ ਹੋਰ ਇਸ ਮੁਲਕ ਦੀ ਵੀ ਜੇਕਰ ਗੱਲ ਲਈ ਜਾਏ ਇੱਥੇ ਵੀ ਬੱਚੀਆਂ ਨੂੰ ਵਰਗਲਾਇਆ ਜਾ ਰਿਹਾ ਜਾਂ ਵਰਗਲਾਇਆ ਜਾਂਦਾ। ਤਾਂ ਮੋਹਨ ਸਿੰਘ ਸਾਹਿਬ 15-20 ਸ਼ਾਇਦ ਉਸ ਤੋਂ ਵੀ ਜ਼ਿਆਦਾ ਵਰਿਆਂ ਤੋਂ ਇਸ ਉੱਪਰ ਕੰਮ ਕਰ ਰਹੇ ਨੇ। ਤੋ ਅੱਜ ਸਾਡੇ ਲਈ ਬਹੁਤ ਚੰਗੀ ਗੱਲ ਹੈ ਕਿ ਅੱਜ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਉਹ ਸਾਡੇ ਵਿੱਚ ਆਪ ਮੌਜੂਦ ਹੋਏ ਨੇ, ਆਏ ਨੇ, ਚੱਲ ਕੇ ਆਏ ਨੇ। ਮੈਂ ਉਹਨਾਂ ਨੂੰ ਜੀਵਾਂ ਨੂੰ ਕਹਿੰਦਾ ਔਰ ਜੀਵਾਂ ਨੂੰ ਕਹਿੰਦਾ ਜਿਹੜੀ ਬੱਚੀ ਹੈ ਉਸਦੇ ਜਗਜੀਤ ਕੌਰ, ਉਸਦੇ ਜਿਹੜੇ ਬ੍ਰਦਰ ਨੇ ਯਾਨੀ ਕਿ ਕਜ਼ਨ ਨੇ ਜਿਹੜੇ ਉਹਦੇ ਪਰਵਿੰਦਰ ਸਿੰਘ ਜੀ, ਕਿਉਂਕਿ ਜਿਸ ਵਕਤ ਆਪਾਂ ਪਿਛਲੇ ਵੀਰਵਾਰ ਜਿਸ ਦਿਨ ਘਟਨਾ ਵਾਪਰੀ ਸੀ ਉਸੇ ਦਿਨ ਆਪਾਂ ਸਪੈਸ਼ਲ ਪ੍ਰੋਗਰਾਮ ਕੀਤਾ ਸੀ ਬਰਮਿੰਘਮ ਸਟੂਡੀਓ ਤੋਂ 9 ਵਜੇ। ਬਹੁਤ ਵਾਇਰਲ ਹੋਇਆ ਸਟੂਡੈਂਟ ਓਲਾ ਜਿਹੜਾ ਸਾਡਾ ਸੀ ਜਿਹੜਾ ਪ੍ਰੋਗਰਾਮ ਸੀ, ਬਹੁਤ ਲੋਕਾਂ ਵੱਲੋਂ ਦੇਖਿਆ ਗਿਆ ਔਰ ਜ਼ਾਹਿਰ ਤੌਰ ਉੱਪਰ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਵਾਇਰਲ ਹੋ ਜਾਣ ਤੋਂ ਬਾਅਦ ਫਿਰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚੀ ਔਰ ਉਸ ਤੋਂ ਬਾਅਦ ਇਹ ਜਿਹੜੀ ਗੱਲ ਅਗਲੀ ਤੁਰੀ। ਤੋ ਜਿਹੜੇ ਉਹਨਾਂ ਦੇ ਕਜ਼ਨ ਨੇ ਪਰਵਿੰਦਰ ਸਿੰਘ ਜੀ, ਕਿਤੇ ਵਜੋਂ ਬਹੁਤ ਸਫਲ ਵਪਾਰੀ ਨੇ, ਅਕਾਊਂਟੈਂਟ ਨੇ ਇਸ ਮੁਲਕ ਦੇ ਵਿੱਚ, ਔਰ ਉਹ ਸਾਡੇ ਨਾਲ ਮੌਜੂਦ ਰਹਿਣਗੇ। ਔਰ ਇੱਕ ਹੋਰ ਬਹੁਤ ਪਿਆਰੀ ਸ਼ਖਸੀਅਤ ਸਾਡੇ ਨਾਲ ਮੌਜੂਦ ਰਹੇਗੀ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਵੀਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪੱਟੀ ਸਾਹਿਬ, ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ, ਧਰਮ ਦੇ ਪੱਖੋਂ ਜਿਹੜੀ ਉਹ ਸੇਵਾ ਨਿਭਾ ਰਹੇ ਨੇ। ਉਹਨਾਂ ਪਾਸੋਂ ਅਸੀਂ ਇਸ ਪੱਖ ਨੂੰ ਉਜਾਗਰ ਕਰਦੇ ਹੋਇਆਂ ਇੱਥੇ ਧਰਮ ਕੀ ਕਹਿੰਦਾ ਹੈ ਆਪਾਂ ਉਸ ਬਿਨਾਂ ਦੇ ਉੱਤੇ ਉਹਨਾਂ ਦੇ ਨਾਲ ਗੱਲ ਕਰਾਂਗੇ। ਤੋ ਸਭ ਤੋਂ ਪਹਿਲਾਂ ਮੈਂ ਆਪਣੇ ਆਏ ਹੋਏ ਤਿੰਨਾਂ ਹੀ ਸਤਿਕਾਰਯੋਗ ਵੀਰਾਂ ਨੂੰ ਫਤਿਹ ਅਰਜ਼ ਕਰਦਾ। ਮੇਰੇ ਬਿਲਕੁਲ ਨਾਲ ਬੈਠੇ ਨੇ ਪਰਵਿੰਦਰ ਸਿੰਘ ਜੀ, ਉਹਨਾਂ ਦੇ ਨਾਲ ਬੈਠੇ ਨੇ ਭਾਈ ਸਾਹਿਬ ਮੋਹਨ ਸਿੰਘ ਜੀ, ਭਾਈ ਸਾਹਿਬ ਮੋਹਨ ਸਿੰਘ ਸਾਹਿਬ ਜੀ ਦੇ ਨਾਲ ਬੈਠੇ ਨੇ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਪੱਟੀ ਸਾਹਿਬ, ਤਿੰਨਾਂ ਨੂੰ ਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਜੀ, ਪਰਵਿੰਦਰ ਸਿੰਘ ਸਾਹਿਬ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪਾਸੋਂ ਹੀ ਕੁਐਸਚਨ ਕਰਾਂਗਾ ਕਿਉਂਕਿ ਅੱਜ ਜ਼ਿਆਦਾ ਕੁਐਸਚਨ ਰਹਿਣਗੇ ਸਾਡੇ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਸਾਹਿਬ ਜੀ ਦੇ ਨਾਲ, ਪਰ ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨਾ ਚਾਹੁੰਦਾ। ਜੇ ਤੁਸੀਂ ਕਹੋ ਤਾਂ ਮੈਂ ਇੱਕ ਫੁਟੇਜ ਤੁਹਾਨੂੰ ਦਿਖਾ ਦਿਆਂ ਉਸ ਤੋਂ ਪਹਿਲਾਂ, ਕਿਉਂਕਿ ਉਸ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਸਮਝੌਤਾ ਹੋ ਗਿਆ। ਤੋ ਸਮਝੌਤੇ ਦੀ ਗਵਰਨਰ ਵਾਲੀ ਇੱਕ ਪਾਸੇ ਇੱਕ ਵਿਚਕਾਰ ਗਵਰਨਰ ਖੜਾ, ਇੱਕ ਪਾਸੇ ਬੱਚੀ ਦੇ ਡੈਡੀ ਔਰ ਦੂਸਰੇ ਪਾਸੇ ਉਸ ਮੁਸਲਮਾਨ ਦੇ ਜਿਹੜੇ ਪਿਤਾ ਜੀ ਖੜੇ ਨੇ, ਇਹ ਪਲੀਜ਼ ਦਿਖਾਇਆ ਜਾਏ ਜਰਾ ਫੁਟੇਜ ਔਰ ਉਸ ਤੋਂ ਬਾਅਦ ਆਪਾਂ ਕੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਸਤਿ ਸ੍ਰੀ ਅਕਾਲ। ਮੈਂ ਬਹੁਤ ਹੀ ਮਸ਼ਕੂਰ ਹਾਂ ਹਮਾਰੀ ਬੇਟੀ ਜੋ ਜਿਸਕਾ ਨਨਕਾਨਾ ਮੇਂ ਇਸ਼ੂ ਹੁਆ ਥਾ, ਉਨਕੇ ਵਾਲਦ ਸਾਹਿਬ ਕਾ, ਉਨਕੇ ਭਾਈ ਕਾ, ਔਰ ਮੈਂ ਲੜਕੇ ਕੇ ਵਾਲਦ ਕਾ ਵੀ ਔਰ ਲੜਕੇ ਕੇ ਵਕੀਲ ਕਾ ਵੀ ਮਸ਼ਕੂਰ ਹਾਂ ਕਿ ਇਹ ਮੇਰੀ ਰਿਕੁਐਸਟ ਪੇ ਆਜ ਯਹਾਂ ਪਰ ਗਵਰਨਰ ਹਾਊਸ ਮੇਂ ਤਸ਼ਰੀਫ ਲਾਏ ਔਰ ਉਸਮੇਂ ਹਮਾਰੀ ਸਿੱਖ ਬਰਾਦਰੀ ਕੇ ਬਹੁਤ ਸੇ ਲੀਡਰਸ ਵੀ ਯਹਾਂ ਪਰ ਮੌਜੂਦ ਥੇ, ਪੂਰੀ ਦੁਨੀਆ ਕੇ ਪਾਕਿਸਤਾਨੀਓ ਕੇ ਲੀਏ ਔਰ ਪੂਰੀ ਦੁਨੀਆ ਕੇ ਸਿੱਖੋਂ ਕੇ ਲੀਏ। ਯੇ ਬੜਾ ਇਤਮੀਨਾਨ ਕਾ ਬਾਇਸ ਹੋਗਾ, ਮੁਝੇ ਮਾਲੂਮ ਹੈ ਕਿ ਹਮਾਰੇ ਸਿੱਖ ਭਾਈ ਔਰ ਬਹਿਨੇ ਪੂਰੀ ਦੁਨੀਆ ਮੇਂ ਇਸ ਵਾਕੇ ਪੇ ਤਸ਼ਵੀਸ਼ ਮੇਂ ਥੇ, ਪਰੇਸ਼ਾਨ ਥੇ, ਨਾਰਾਜ਼ ਥੇ, ਔਰ ਅੱਲਾ ਕੇ ਫਜ਼ਲ ਓ ਕਰਮ ਸੇ ਦੋਨੋਂ ਘਰੋਂ ਕੀ ਆਪਸ ਮੇਂ ਬੈਠ ਕਰ ਸੁਲਾਹ ਹੋ ਗਈ ਹੈ ਔਰ ਅਬ ਮੈਂ ਲੜਕੇ ਕੇ ਵਾਲਦ ਸੇ ਕਹੂੰਗਾ ਕਿ ਵੋ ਬਤਾਏ ਕਿ ਯਹਾਂ ਪਰ ਕਿਆ ਫੈਸਲਾ ਹੁਆ ਹੈ। ਹਮੇ ਆਜ ਗਵਰਨਰ ਸਾਹਿਬ ਨੇ ਆਪਣੇ ਦਫ਼ਤਰ ਮੇਂ ਬੁਲਾ ਕਰ ਹਮਾਰਾ ਜੇ ਕੰਪਰੋਮਾਈਜ਼ ਕੀਆ ਹੈ, ਤੋ ਹਮ ਜੇ ਬੱਚੀ ਕੇ ਸਿਲਸਿਲੇ ਮੇਂ ਡਰਾ ਕਰਤੇ ਹੈ ਔਰ ਹਮ ਬੱਚੀ ਕੋ ਨਹੀਂ ਕਿਸੀ ਦਲ ਸੇ ਤਲਬ ਕਰੇਂਗੇ, ਪਰ ਹਮ ਚਾਹਤੇ ਹੈ ਜੇ ਉਨਕੇ ਸਾਥ ਜਾਤੀ ਹੈ ਤੋ ਹਮੇ ਕੋਈ ਇਤਰਾਜ਼ ਨਹੀਂ, ਯੇ ਖੁਦ ਉਸਕੇ ਬਾਦ। ਮੈਂ ਪਾਕਿਸਤਾਨ ਗੌਰਮੈਂਟ ਦਾ, ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦਾ ਔਰ ਸਾਡੇ ਗਵਰਨਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਇਹ ਫੈਸਲਾ ਕਰਵਾਇਆ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਉਸ ਅੱਗ ਨੂੰ ਬੁਝਾਇਆ ਔਰ ਇਸ ਫੈਮਿਲੀ ਨੇ ਵਿਡਰਾਅ ਕਰ ਦਿੱਤਾ। ਇਹ ਬੱਚੇ ਦਾ ਵਾਲਦ ਹੈ ਕਿ ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਸੋ ਇਹ ਬੱਚੀ ਦਾ ਵਾਲਦ ਔਰ ਭਰਾ ਵੀ ਮੇਰੇ ਨਾਲ ਨੇ ਔਰ ਐਜ ਅ ਸਿੱਖ ਕਮਿਊਨਿਟੀ ਦੇ ਇੱਕ ਸੇਵਾਦਾਰ ਹੋਣ ਦੇ ਨਾਤੇ ਮੈਂ ਵੀ ਉਹਨਾਂ ਦਾ ਇਹਤਰਾਮ ਕਰਦਾ ਇਸ ਫੈਸਲੇ ਦਾ। ਸੋ ਮੈਂ ਕੱਲ ਵੀ ਕਹਿੰਦਾ ਸੀ, ਅੱਜ ਵੀ ਕਹਿੰਦਾ ਕਿ ਮੈਨੂੰ ਪਾਕਿਸਤਾਨੀ ਹੋਣ ਤੇ ਫਖਰ ਹੈ। ਪਾਕਿਸਤਾਨ ਜ਼ਿੰਦਾਬਾਦ। ਥੈਂਕ ਯੂ ਵੈਰੀ ਮੱਚ ਗਵਰਨਰ ਸਾਹਿਬ। ਤੁਸੀਂ ਫੁਟੇਜ ਦੇਖੀ, ਤੁਸੀਂ ਸਾਰਿਆਂ ਨੇ ਦੇਖੀ। ਸਭ ਤੋਂ ਪਹਿਲਾਂ ਮੇਰਾ ਕੁਸ਼ਚਨ ਤੁਹਾਡੇ ਨਾਲ ਰਹੇਗਾ ਕਿ ਇਹ ਜਿਹੜਾ ਸਮਝੌਤਾ, ਇਹਦਾ ਮਤਲਬ ਕੀ, ਅਰਥ ਕੀ ਹੈ, ਜਦੋਂ ਤੁਸੀਂ ਖੁਦ ਇਸ ਗੱਲ ਨੂੰ ਮੰਨ ਕੇ ਚੱਲ ਰਹੇ ਹੋ ਕਿ ਬੱਚੀ ਅਜੇ ਤੱਕ ਵੀ ਆਪਣੇ ਘਰ ਨਹੀਂ ਪਹੁੰਚੀ। ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਤਾਂ ਸੱਚ ਹੈ ਕਿ ਕੁੜੀ ਅਜੇ ਤੱਕ ਘਰੇ ਵਾਪਸ ਨਹੀਂ ਪੁੱਜੀ। ਉਹਨੂੰ ਇੱਕ ਔਰਗਨਾਈਜੇਸ਼ਨ ਜਿਹਨੂੰ ਪਾਕਿਸਤਾਨ ਦੇ ਵਿੱਚ ਦਾਰੁਲ ਅਮਾਨ ਕਹਿੰਦੇ ਨੇ, ਅਮਾਨ ਲਿਖ ਲਿਆ ਅਮਾਨਤ ਤੋਂ, ਕਿ ਉੱਥੇ
ਇੱਦਾਂ ਦੀ ਮੀਨ ਬੰਦੇ ਜਾਂ ਇਸ ਤਰ੍ਹਾਂ ਦੇ ਜਿਹੜੇ ਵਲਨਰੇਬਲ ਲੋਕ ਹੁੰਦੇ ਨੇ ਉਹਨਾਂ ਨੂੰ ਕਿਸੇ ਜਗ੍ਹਾ ਔਰਗਨਾਈਜੇਸ਼ਨ ਗਵਰਨਮੈਂਟ ਦੇ ਸੁਪਰਵੀਜ਼ਨ ਦੇ ਅੰਡਰ ਰੱਖਿਆ ਜਾਂਦਾ ਹੈ, ਉੱਥੇ ਹੈਗੀ ਆ। ਇਹ ਜਿਹੜਾ ਸਮਝੌਤੇ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਐਕਚੁਅਲੀ ਇਸ ਮੈਟਰ ਨੂੰ ਆਊਟ ਆਫ ਦੀ ਲੋ ਇੱਕ ਜ਼ਾਤੀ ਤੌਰ 'ਤੇ ਪੋਲੀਟੀਕਲ ਇੰਟਰਫੇਅਰ ਕਰਕੇ ਮੇਰੇ ਖਿਆਲ ਦੇ ਵਿੱਚ ਗਵਰਨਮੈਂਟ ਨੇ ਐਕਟ ਕੀਤਾ ਹੈ। ਕਿਉਂਕਿ ਅਗਰ ਤੁਸੀਂ ਸਮਝੌਤੇ ਨੂੰ ਦੇਖੋ, ਇਸ ਦੇ ਵਿੱਚੋਂ ਸਮਝੌਤੇ ਦਾ ਮਤਲਬ ਉਹਨਾਂ ਨੇ ਇਹ ਲਿਆ ਕਿ ਕੋਈ ਕੋਰਟ ਕਚਹਿਰੀ ਦੇ ਕੇਸ ਖਤਮ ਹੋ ਗਏ, ਸੋ ਇਟਸ ਅ ਕਾਈਂਡ ਆਫ ਆਊਟ ਆਫ ਦ ਲੋ। ਹਾਂਜੀ, ਮਤਲਬ ਉਹਨਾਂ ਨੂੰ ਕਰਨ ਦਾ ਮੇਰੇ ਖਿਆਲ ਦੇ ਵਿੱਚ ਜਿਹੜਾ ਮੈਨੂੰ ਮੇਨ ਲੱਗ ਰਿਹਾ ਉਹ ਇਸ ਤਰੀਕੇ ਨਾਲ ਲੱਗ ਰਿਹਾ ਹੈ, ਬਿਕੋਜ਼ ਉਹਨਾਂ ਨੇ ਗਵਰਨਮੈਂਟ ਨੇ ਵੀ ਇਸ ਚੀਜ਼ ਨੂੰ ਫੀਲ ਕੀਤਾ ਕਿ ਇਸ ਚੀਜ਼ ਦੇ ਪਿੱਛੇ ਬਾਕਾਇਦਾ, ਕਿਉਂਕਿ ਇੱਕ ਤਾਂ ਦੋ ਤਿੰਨ ਚੀਜ਼ਾਂ ਇਨਵੋਲਵ ਨੇ, ਸੋ ਗਵਰਨਮੈਂਟ ਨੇ ਮੇਰੇ ਖਿਆਲ ਦੇ ਵਿੱਚ ਇਹਨੂੰ ਸੋਚਿਆ ਕਿ ਇਸ ਨੂੰ ਨੈਲੀਫਾਈ ਕੀਤਾ ਜਾਏ, ਇਹਨੂੰ ਅਵੋਇਡ ਕੀਤਾ ਜਾਏ ਜਿਹੜਾ ਐਕਟ ਹੋਇਆ ਹੈ। ਉਸਦੇ ਦੋ ਤਿੰਨ ਰੀਜ਼ਨ ਨੇ, ਇੱਕ ਤਾਂ ਜੇ ਕੋਰਟ ਕਚਹਿਰੀ ਦੇ ਚੱਕਰ ਹੋਣਗੇ, ਇਸ ਦੇ ਵਿੱਚੋਂ ਦੋ ਕਮਿਊਨਿਟੀ ਦੇ ਵਾਰ ਦਾ ਖਤਰਾ ਹੁੰਦਾ ਹੈ ਕਿ ਮੁਸਲਮਾਨ ਕਹਿਣਗੇ ਇਹ ਮੁਸਲਮਾਨ ਹੋਈ ਆ, ਇਹਨਾਂ ਨੇ ਭਾਵੇਂ ਕਲਮਾ ਪੜਿਆ ਹੈ, ਸੋ ਕਮਿਊਨਿਟੀ ਵਾਰ ਦੇ ਵਿੱਚ ਕਨਵਰਟ ਹੋ ਸਕਦਾ। ਸੋ ਇਸ ਕਰਕੇ ਉਹਨਾਂ ਨੇ ਲੋ ਤੋਂ ਬਾਹਰ ਕੱਢਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਦੂਸਰਾ ਜਿਹੜਾ ਮੈਨੂੰ ਮੇਨ ਰੀਜ਼ਨ ਲੱਗ ਰਿਹਾ ਉਹ ਇਹ ਲੱਗ ਰਿਹਾ ਕਿ ਸਿੱਖਾਂ ਦੇ ਨਾਲ ਆਊਟ ਆਫ ਦ ਵੇ ਜਾ ਕੇ ਗਵਰਨਮੈਂਟ ਵੈਸੇ ਵੀ ਫਰੈਂਡਸ਼ਿਪ ਦਾ ਹੱਥ ਵਧਾ ਚੁੱਕੀ ਹੈ। ਸੋ ਉੱਥੇ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਵੀ ਚੱਲ ਰਿਹਾ ਸੀਗਾ, ਅਤੇ ਮੇਰੇ ਖਿਆਲ ਦੇ ਵਿੱਚ ਸਿੱਖਾਂ ਨੇ ਗੁੱਡ ਜੈਸਚਰ ਦੇਣ ਵਾਸਤੇ ਉਹਨਾਂ ਨੇ ਕਿਹਾ ਕਿ ਨਹੀਂ, ਇਸ ਮੈਟਰ ਨੂੰ ਆਪਾਂ ਵੋਇਡ ਨੈਲੀਫਾਈ ਕਰਦੇ ਹਾਂ, ਜੋ ਹੋਇਆ ਇਹਨੂੰ ਆਊਟ ਆਫ ਦ ਕੋਰਟ ਹੀ ਇਹਨੂੰ ਖਤਮ ਕਰ ਦਈਏ, ਤਾਂ ਕਿ ਅੱਗੇ ਜਾ ਕੇ ਲੀਗਲ ਵੋਰ ਔਰ ਇਹਨਾਂ ਚੀਜ਼ਾਂ ਦੇ ਵਿੱਚੋਂ ਨਾ ਪਈਏ, ਔਰ ਕੋਰਟ ਕਚਹਿਰੀ ਦੇ ਚੱਕਰਾਂ 'ਚ ਨਾ ਪਈਏ। ਤੀਸਰੀ ਜਿਹੜੀ ਚੀਜ਼ ਹੈ, ਕੁੜੀ ਦੀ ਮੈਂਟਲ ਸਟੇਟਸ ਨੂੰ ਦੇਖ ਕੇ ਔਰ ਕੁੜੀ ਦੀ ਹਾਲਤ ਨੂੰ ਦੇਖ ਕੇ, ਬਿਕੋਜ਼ ਸ਼ੀ ਇਜ਼ ਜਸਟ ਆਨ ਮੀਨ ਉਹ 18 ਹੋ ਚੁੱਕੀ ਹੈ, ਹਾਲੇ 19 ਨਹੀਂ ਹੋਈ, 18 ਨੂੰ ਕ੍ਰੋਸ ਕਰ ਚੁੱਕੀ ਹੈ। ਸੋ ਉਹਨਾਂ ਨੇ ਜਦੋਂ ਕੁੜੀ ਦੀ ਸਟੇਟਸ ਨੂੰ ਦੇਖਿਆ, ਔਰ ਬਿਕੋਜ਼ ਮੈਂ ਜਿਵੇਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਕਹਿ ਚੁੱਕਿਆ ਸੀਗਾ, ਪਿਛਲੇ 5 ਸਾਲ ਤੋਂ ਇਹ ਗਰੂਮਿੰਗ ਚੱਲਦੀ ਆ ਰਹੀ ਸੀ, ਸੋ ਜਦ ਗਵਰਨਮੈਂਟ ਨੇ ਉਸ ਗਰੂਮਿੰਗ ਦੀ ਸਿਚੁਏਸ਼ਨ ਨੂੰ ਦੇਖੀ ਆ, ਮੈਸੇਜਸ ਦੇਖ ਲਏ, ਵਟਸਐਪ ਦੇਖ ਲਏ, ਵਟਸਐਪ ਦੇ ਮੈਸੇਜਸ ਦੇਖ ਲਏ, ਫੇਸਬੁੱਕ ਦੀ ਸਿਚੁਏਸ਼ਨ ਦੇਖ ਲਈ ਉਸ ਮੁੰਡੀ ਦੀ ਜਿਸ ਮੁੰਡੇ ਨੇ ਹਰਕਤ ਕੀਤੀ ਸੀ, ਔਰ ਫਿਰ ਉਸ ਤੋਂ ਵੱਧ ਜਿਹੜੀ ਇਹ ਚੀਜ਼ ਦੇਖੀ ਕਿ ਇਹ ਕੁੜੀ ਗਵਰਨਮੈਂਟ ਇਸ ਚੀਜ਼ 'ਤੇ ਐਗਰੀਡ ਹੈ ਕਿ ਇਹ ਕੁੜੀ ਨੇ ਸ਼ਾਇਦ ਇਹਨਾਂ ਦੇ ਨਾਲ ਜਾਣ ਤੋਂ ਭਾਵੇਂ ਗਰੂਮ ਹੋ ਚੁੱਕੀ ਸੀ, ਪਰ ਸ਼ਾਇਦ ਇਹਨਾਂ ਦੇ ਨਾਲ ਜਾਣ ਤੋਂ ਡਰ ਰਹੀ ਸੀ ਜਾਂ ਇਨਕਾਰ ਕੀਤਾ ਸੀ, ਤਾਂ ਹੀ ਉਹਨਾਂ ਨੂੰ 5-7 ਬੰਦਿਆਂ ਦਾ ਸਹਾਰਾ ਲੈ ਕੇ ਉਹਨੂੰ ਰਾਤ ਨੂੰ ਕੱਢਣਾ ਪੈ ਗਿਆ। ਸੋ ਜਿਸ ਕਰਕੇ ਗਵਰਨਮੈਂਟ ਨੂੰ ਇਸ ਚੀਜ਼ ਨੇ ਬੜਾ ਅਲਰਟ ਕੀਤਾ ਕਿ ਅਗਰ ਇਹ ਆਪਣੀ ਮਰਜ਼ੀ ਨਾਲ ਹੀ ਜਾਂਦੀ ਤਾਂ ਦਿਨੇ ਕਿਉਂ ਨਹੀਂ ਗਈ, ਖੁੱਲ੍ਹੇਆਮ ਕਿਉਂ ਇਹਨਾਂ ਨੇ ਕਨਵਰਜ਼ਨ ਐਕਸੈਪਟ ਨਹੀਂ ਕੀਤਾ। ਇੱਕ ਗੱਲ ਤਾਂ ਹੈ ਨਾ ਜਿਹੜਾ ਕਿ ਉਹਦੇ ਵਾਲਿਦ ਸਾਹਿਬ ਕਹਿ ਰਹੇ ਨੇ ਕਿ ਇਸਕੇ ਸਾਥ ਅਗਰ ਜਾਤੀ ਹੈ ਤੋ ਆਪਣੇ ਬਾਪ ਕੇ ਸਾਥ ਅਗਰ ਵਾਪਸ ਜਾਤੀ ਹੈ ਤੋ ਹਮੇ ਕੋਈ ਇਤਰਾਜ਼ ਨਹੀਂ, ਇਹ ਵਰਡਿੰਗ ਉਹਨੇ ਕਹੀ ਹੈ। ਇਹਦਾ ਮਤਲਬ ਹੈ ਕਿ ਬੱਚੀ ਚੁੱਕੀ ਜਾਂ ਚੁਕਵਾਈ ਜਾਂ ਉਹਨਾਂ ਦੇ ਕੋਲ ਹੀ ਲਿਆਂਦੀ ਗਈ ਅਲਟੀਮੇਟਲੀ, ਬਾਅਦ ਦੇ ਵਿੱਚ ਪ੍ਰੈਸ਼ਰ ਪੈ ਗਿਆ ਕਿਉਂਕਿ ਸਿੱਖਾਂ ਦਾ ਇਸ ਵਕਤ ਅਲਟੀਮੇਟਲੀ, ਮੈਂ ਤੁਹਾਡੇ ਪ੍ਰੋਗਰਾਮ ਜਦੋਂ ਆਪਾਂ ਪਿਛਲੀ ਵਾਰੀ ਪ੍ਰੋਗਰਾਮ ਕਰ ਰਹੇ ਸੀਗੇ ਤਾਂ ਮੈਂ ਸਿੱਧੀ ਗੱਲ ਕੀਤੀ ਹੈ ਕਿ ਇਸ ਵਕਤ ਉਹਨਾਂ ਨੂੰ ਸਿੱਖਾਂ ਦੀ ਬਹੁਤ ਲੋੜ ਹੈ, ਸਿੱਖਾਂ ਦਾ ਬਹੁਤ ਪ੍ਰੈਸ਼ਰ ਪਿਆ। ਤਾਂ ਜ਼ਾਹਿਰ ਤੌਰ ਉੱਪਰ ਮੈਂ ਫਿਰ ਬੇਨਤੀ ਇਹ ਕਰ ਰਿਹਾ ਜਿਹੜਾ ਤੁਸੀਂ ਮੈਨੂੰ ਸਿੱਧਾ ਹਾਲੇ ਤੱਕ ਵੀ ਜਵਾਬ ਨਹੀਂ ਦਿੱਤਾ ਕਿ ਜਦ ਬੱਚੀ ਤੁਹਾਡੇ ਕੋਲ ਪਹੁੰਚੀ ਨਹੀਂ, ਸਾਡੇ ਕੋਲ ਪਹੁੰਚੀ ਨਹੀਂ, ਤਾਂ ਇਸ ਸਮਝੌਤੇ ਦਾ ਕੀ ਮਤਲਬ ਹੈ, ਆਈ ਵਾਸ਼ਦੀ ਤੌਰ ਕੀ ਹੈ? ਮੈਂ ਇਸ ਨੂੰ ਇਸ ਤਰੀਕੇ ਨਾਲ ਸਮਝਦਾ ਹਾਂ ਕਿ ਗਵਰਨਮੈਂਟ ਨੇ ਆਪਣੇ ਤਰਫੋਂ ਇਹ ਮਸਲਾ ਇਸ ਤਰੀਕੇ ਨਾਲ ਹੱਲ ਕੀਤਾ ਹੈ ਕਿ ਇਹਨਾਂ ਨੂੰ ਦਸਤਬਰਦਾਰ ਕੀਤਾ ਜਾਏ, ਕੁੜੀ ਉੱਥੇ ਨਹੀਂ ਜਾ ਸਕਦੀ, ਮੁਸਲਮਾਨਾਂ ਦੇ ਕੋਲ ਨਹੀਂ ਜਾਏਗੀ ਕਿਸੇ ਵੀ ਸੂਰਤ। ਅਜੇ ਤੱਕ ਤਾਂ ਸਾਨੂੰ 100% ਐਸ਼ੋਰਟੀ ਦਿੱਤੀ ਗਈ ਹੈ ਗਵਰਨਮੈਂਟ ਵੱਲੋਂ ਕਿ ਬੱਚੀ ਤੁਹਾਡੀ ਹੈ, ਤੁਹਾਡੇ ਨਾਲ ਹੀ ਜਾਏਗੀ। ਬਟ ਮੇਰੇ ਖਿਆਲ ਦੇ ਵਿੱਚ ਗਵਰਨਮੈਂਟ ਨੂੰ 2-3 ਚੀਜ਼ਾਂ ਦੀ ਫਿਕਰ ਕਰਨੀ ਪੈ ਰਹੀ ਹੈ ਕਿ ਜਿਸ ਤਰੀਕੇ ਨਾਲ ਸ਼ਾਇਦ ਉਹ ਸੋਚ ਰਹੇ ਨੇ ਕਿ ਸਟ੍ਰੇਟ ਅਵੇ ਬੱਚੀ ਹਵਾਲੇ ਨਾ ਕੀਤੀ ਜਾਏ। ਪਹਿਲੇ ਤਾਂ ਉਹ ਇਨਵਾਇਰਮੈਂਟ ਦੇਖਦੇ ਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਨਾ ਜਿੰਨਾ ਵੀ ਕੀਤਾ ਜਾਏ ਇਸ ਤਰੀਕੇ ਨਾਲ, ਜਿਵੇਂ ਇਸ ਕੰਟਰੀ ਦੇ ਵਿੱਚ ਪ੍ਰੋਪਰ ਡੈਮੋਕ੍ਰੇਸੀ ਔਰ ਲੋ ਹੈਗਾ, ਸਾਰਾ ਕੁਝ ਕਵਰ ਕਰਦਾ, ਉਹਨਾਂ ਨੂੰ ਇਸ ਡਰ ਦਾ ਵੀ ਖਿਆਲ ਰਹਿੰਦਾ ਕਿ ਕੋਈ ਇੱਦਾਂ ਨਾ ਹੋਵੇ ਕਿ ਕਮਿਊਨਿਟੀ ਬੇਸ 'ਤੇ ਅਗਰ ਇਹ ਕੁੜੀ ਨਨਕਾਣਾ ਸਾਹਿਬ ਵਾਪਸ ਚਲੀ ਜਾਂਦੀ ਹੈ, ਇੱਕ ਪਰਿਵਾਰ 'ਤੇ ਹੀ ਹਮਲਾ ਨਾ ਕੀਤਾ ਜਾਏ। ਸੋ ਉਸ ਚੀਜ਼ ਨੂੰ ਵੀ ਇੱਕ ਤਰੀਕੇ ਨਾਲ ਅਜੇ ਵੀ ਫੀਲ ਕਰ ਰਹੇ, ਮਤਲਬ ਠੀਕ ਹੈ, ਇੱਕ ਚੀਜ਼ ਇਹ ਸੋਚ ਰਹੇ ਨੇ। ਦੂਜੀ ਚੀਜ਼ ਇਹ ਵੀ ਸੋਚ ਰਹੇ ਨੇ ਕਿ ਉਹ ਕਹਿ ਰਹੇ ਨੇ ਗੈਰਤ ਦੇ ਨਾਂ 'ਤੇ ਖੁੜੇ ਇਹ ਪਰਿਵਾਰ ਹੀ ਉੱਠ ਨਾ ਜਾਏ, ਕਿਸ ਤਰ੍ਹਾਂ ਦਾ ਕਦਮ ਨਾ ਚੱਕੇ ਕਿ ਜਿਸ ਤਰੀਕੇ ਨਾਲ ਐਕਸੈਪਟੇਬਲ ਨਾ ਹੋਵੇ, ਪੋਸਿਬਿਲਿਟੀ ਹੈ ਸਭ ਕੁਝ ਹੋ ਸਕੇ, ਐਕਸੈਪਟੇਬਲ ਨਾ ਹੋਵੇ। ਠੀਕ ਹੈ ਬਲਿੰਦਰ, ਮੈਂ ਤੁਹਾਡੇ ਕੋਲ ਹੁਣੇ ਦੁਬਾਰਾ ਆਉਣਾ, ਮੈਂ ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਨ ਸਿੰਘ ਸਾਹਿਬ ਜੀ ਕੋਲ ਜਾਣਾ। ਭਾਈ ਸਾਹਿਬ ਜੀ, ਤੁਸੀਂ 19 ਵਰਿਆਂ ਤੋਂ ਇਸੇ ਹੀ ਚੀਜ਼ ਦੇ ਨਾਲ, ਖਾਸ ਕਰਕੇ ਇਸ ਮੁਲਕ ਦੇ ਵਿੱਚ ਜਾਂ ਇੱਧਰ ਯੂਰੋਪੀਅਨ ਮੁਲਕ ਦੇ ਵਿੱਚ, ਕਿਉਂਕਿ ਮਸਲਾ ਇੱਥੇ ਵੀ, ਪਰ ਇੱਥੇ ਨਾ ਉਹਨਾਂ ਦੀ ਸਰਕਾਰ ਨਾ ਸਾਡੀ ਸਰਕਾਰ, ਇੱਥੇ ਸਰਕਾਰ ਵੀ ਕਿਸੇ ਹੋਰ ਦੀ ਹੈ, ਉੱਥੇ ਤਾਂ ਸਰਕਾਰ ਉਹਨਾਂ ਦੀ ਹੈ, ਸਭ ਅਕਸਰੀਅਤ ਵੀ ਉਹਨਾਂ ਦੀ ਹੈ। ਦੂਸਰੇ ਪਾਸੇ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਇਹ ਬੱਚੀ ਹੈ, ਪਹਿਲੀ ਜਿਹੜੀ ਉਹ ਤਸਲੀਮ ਕਰ ਰਹੀ ਹੈ ਕਿ ਹਾਂ ਮੈਂ ਕਬੂਲ ਕਰਦੀ ਹਾਂ ਉਹਦੇ ਨਾਲ ਜਾਣਾ,
कि जबरदस्ती उस पासों करवाया गया सारा तो तुहाडी निगाहां दे विच की है ग्रूमिंग अगर हुई है तो उस तो बाद इस बच्ची नूं जिस तरह परविंदर उन्होंने कहा कि जदों माड़ा मोटा हो सकता है कुछ हाँ होवे लेकिन जदों नहीं गई तो उस वक्त उन्हें अगवा कर लिया गया सरकार उन्हां दी ये सब कुछ उन्हां दा है इत्थे हालात कुछ होर ने इत्थे जिहड़ा तुसीं काम कर रहे हो शायद वह होर हट के होवे उत्थे काम शायद थोड़ा हट के उत्थे असीं मिनोरिटी दे विच आ खैर मिनोरिटी दे विच इत्थे वह भी ने ते असीं भी आ लेकिन इत्थे असीं थोड़ा जिहा मुकाबला करन दे उत्थे तां आपां मुकाबला करन दे हालत विच भी नहीं आना ते उस स्थिति दे विच तुसीं की सोचदे हो कि अगर आ पोजीशन तुसी तो तुसी सॉल्व करनी हुंदी उथे तां किस तरह करदे क्योंकि तुसी ये प्रॉब्लम इत्थे सॉल्व करदे आए हो देखो नंबर वन ते जे आपां इफ वी लुक एट इट कि रात दे वेले सत बंदे गए जी बच्ची नूं अगवा कीता जे ओ बच्ची ओ अपनी विलफुल एक्शन हुंदी ਤੇ ਉਹ ਦਿਨੇ ਵੀ ਘਰੋਂ ਨਿਕਲ ਸਕਦੀ ਸੀ ਦਿਨੇ ਵੀ ਜਾ ਕੇ ਪੁਲਿਸ ਸਟੇਸ਼ਨ ਦੇ ਰਿਪੋਰਟ ਕਰ ਸਕਦੀ ਕਿ ਮੈਂ ਆਪਣਾ ਘਰ ਛੱਡਣ ਲੱਗੀ ਹਾਂ ਅਤੇ ਮੈਂ ਆਪਣੇ ਬੋਏਫ੍ਰੈਂਡ ਦੇ ਨਾਲ ਰਹਿਣਾ ਚਾਹੁੰਦੀ ਹਾਂ ਸੋ ਇਹਦੇ ਵਿੱਚ ਇਹਦੇ ਵਿੱਚ ਪਤਾ ਲੱਗਦਾ ਕਿ ਬੱਚੀ ਪਹਿਲਾਂ ਡਾਊਟ ਦੇ ਵਿੱਚ ਸੀ ਵੈਦਰ ਨੋਟ ਟੂ ਡੂ ਇਟ ਸ਼ੁੱਡ ਆਈ ਡੂ ਇਟ ਅਤੇ ਜਦੋਂ ਮੇਰੇ ਹਿਸਾਬ ਦੇ ਨਾਲ ਜਦੋਂ ਬੱਚੀ ਨੇ ਕੋਈ ਪੂਰਾ ਗਾਰਾ ਨਹੀਂ ਪੜਿਆ ਦੇ ਗੋਟ ਡੈਸਪਰੇਟ ਮੈਂ ਆਪਣੇ ਆਪ ਦੇ ਕਾਕੇ ਡਾਊਟ ਪਰਿਸਥਿਤੀ ਸੀ ਪੈਦਾ ਕਰ ਦਿੱਤੀ ਕਿ ਕੀ ਬੱਚੀ ਥੋੜੀ ਬਹੁਤੀ ਹਾਂ ਸੀ ਉਹਦੀ ਜਿਹੜਾ ਨਾ ਬੱਚਾ ਗਰੂਮਡ ਹੁੰਦਾ ਵੈਨ ਯੂ ਆਰ ਬੀਨ ਗਰੂਮਡ ਓ ਯੂ ਆਰ ਗੋਨ ਥਰੂ ਦ ਪ੍ਰੋਸੈਸ ਆਫ ਗਰੂਮਿੰਗ ਦ ਪਰਸਨ ਹੂ ਇਜ਼ ਬੀਇੰਗ ਗਰੂਮਡ ਡਜ਼ਨਟ ਨੋ ਦੈਟ ਹੀ ਔਰ ਸ਼ੀ ਇਜ਼ ਬੀਇੰਗ ਗਰੂਮਡ ਕਾਕੇ ਜੇ ਉਹਨੂੰ ਪਤਾ ਲੱਗੇ ਕਿ ਮੈਂ ਗਰੂਮਡ ਆ ਕਦੀ ਹੋ ਵੀ ਨਾ ਗਰੂਮਡ ਬਿਲਕੁਲ ਬਿਲਕੁਲ ਸੋ ਦ ਪ੍ਰੋਸੈਸ ਇੱਕ ਵਰਗਲਾਮ ਦੀ ਸਥਿਤੀ ਹਾਂਜੀ ਦ ਪ੍ਰੋਸੈਸ ਇਜ਼ ਸੋ ਸਟਲ ਉਹਦੇ ਵਿੱਚ ਵੀ ਉਹਦੀ ਸ਼ੂਰਿਟੀ ਨਹੀਂ ਸੀਗੀ 100% ਤਾਂ ਉਹ ਕਦਮ ਨਹੀਂ ਸੀ ਚੱਕਦੀ ਹੁਣ ਜਦੋਂ ਕਦਮ ਚੱਕਿਆ ਵੀ ਹੈ ਤੇ ਸੱਤ ਬੰਦਿਆਂ ਨੇ ਸਵੇਰ ਦੇ ਵੇਲੇ ਆਣ ਕੇ ਰਾਤ ਦੇ ਵੇਲੇ ਆਣ ਕੇ ਤੇ ਉਹਨੂੰ ਘਰੋਂ ਕੱਢਿਆ ਵਿਦ ਫੋਰਸ ਦੈਟ ਆਟੋਮੈਟਿਕਲੀ ਸ਼ੋਜ਼ ਦੈਟ ਮੇ ਬੀ ਦੇਰ ਵਾਜ਼ ਅ ਡਾਊਟ ਇਨ ਦ ਗਰਲ ਕਿ ਨਹੀਂ ਮੈਂ ਜਾਣਾ ਮੈਂ ਨਹੀਂ ਆਹ ਕੰਮ ਕਰ ਸਕਦੀ ਜਾਂ ਮੈਂ ਆਹ ਕਦਮ ਇੰਨਾ ਕਦਮ ਨਹੀਂ ਮੈਂ ਚੱਕ ਸਕਦੀ ਸੋ ਉਹ ਉਹਨੂੰ ਉਹਦਾ ਕਦਮ ਦੇ ਮੇਡ ਹਰ ਮਾਇੰਡ ਅਪ ਫੋਰ ਹਰ ਦੂਸਰੀ ਚੀਜ਼ ਜਿਹੜੀ ਮੇਨ ਇੰਪੋਰਟੈਂਟ ਆ ਹੁਣ ਬੱਚੀ ਹੈਗੀ ਆ ਸੈਂਟਰ ਦੇ ਵਿੱਚ ਓਕੇ ਹਾਂਜੀ ਬੱਚੀ ਸੈਂਟਰ ਦੇ ਵਿੱਚ ਹੁਣ 5 ਸਾਲ ਤੋਂ 12 ਸਾਲ 12.5 ਸਾਲ ਤੋਂ ਬੱਚੀ ਉਹ ਗਲੀਆਂ ਵਿੱਚ ਦੀ ਜਾਂਦੀ ਆ ਤੇ ਸਕੂਲ ਨੂੰ ਜਾਂਦੀ ਆ ਤੇ ਜਿੱਥੇ 19 ਸਾਲ ਦਾ ਮੁੰਡਾ ਉਸ ਟਾਈਮ ਤੇ ਜਿਹੜੇ ਮੁੰਡੇ ਦੇ ਨਾਲ ਇਹ ਜਿਹਨੇ ਵੀ ਕਾਹ ਹੋਇਆ ਜਿਹਨੇ ਵੀ ਚੁੱਕਿਆ ਉਹ ਐਡਲਟ ਆ ਹਾਂ ਅਰਾਊਂਡ ਦ ਵਰਲਡ ਹੀ ਇਜ਼ ਐਨ ਐਡਲਟ ਦਿਸ ਗਰਲ ਇਜ਼ ਅ ਮਾਈਨਰ ਪਰ ਹੁਣ ਤੇ 18 ਸਾਲ ਦੀ ਹੋ ਚੁੱਕੀ ਨਹੀਂ ਡਸਨਟ ਮੈਟਰ ਇਫ ਦ ਗਰੂਮਿੰਗ ਪ੍ਰੋਸੈਸ ਸਟਾਰਟਸ ਵੈਨ ਯੂ ਆਰ ਯੰਗ ਅੱਛਾ ਕਿ ਯੂ ਆਰ ਸਟਾਰਟਿੰਗ ਫਰ ਦ ਯੂ ਆਰ ਟਾਕਿੰਗ ਫਰ ਦ ਬਿਗਨਿੰਗ ਹਾਂਜੀ ਹੁਣ ਇੱਥੇ ਵੀ ਇਦਾਂ ਹੁੰਦਾ ਕਿ ਜੇ ਗਰੂਮਿੰਗ 13 14 15 ਸਾਲ ਤੇ ਸਟਾਰਟ ਹੋ ਜਾਵੇ ਕਾਕੇ ਲੋਕ ਕਾਨੂੰਨ ਕਹਿੰਦਾ 16 ਸਾਲ ਦਾ ਮੋਸਟ ਲਾਈਕਲੀ 70% ਕੁੜੀ ਨੂੰ ਤਾਂ ਭਜਾਉਂਦੇ ਜਦੋਂ 16 ਸਾਲ ਤੋਂ ਬਾਅਦ ਹੋ ਜਾਵੇ ਆਪਣੇ ਆਪ ਨੂੰ ਵੀ ਕਾਨੂੰਨ ਸੇਫ ਕਰ ਲੈਂਦੇ ਹੋ ਆਪਣੇ ਆਪ ਨੂੰ ਕਾਨੂੰਨ ਦੇ ਲਾਗੂ ਵੀ ਹੋ ਜਾਂਦੇ ਆਪਣੇ ਆਪ ਨੂੰ ਸੇਫ ਕਰ ਲੈਂਦੇ ਆਪਣੇ ਆਪ ਨੂੰ ਸੇਫ ਗਾਰਡ ਕਰ ਲੈਂਦੇ ਪਰ ਜਦੋਂ ਵੀ ਤੁਸੀਂ ਉਹਨਾਂ ਦੀ ਡਾਇਲੌਗ ਸ਼ੁਰੂ ਦੇਖੋਗੇ ਉਹ ਵਟਸਐਪ ਤੇ ਜਾਂ ਤੁਸੀਂ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਜਿੱਦਾਂ ਵੀ ਉਹਨਾਂ ਦੀ ਡਾਇਲੌਗ ਯੂ ਕੈਨ ਸੀ ਕਿ 2 ਸਾਲ ਦਾ ਜਾਂ 3 ਸਾਲ ਦਾ ਚੱਕਰ ਆਲਰੇਡੀ ਚੱਲਦਾ ਹੁੰਦਾ ਕਦੀ ਕਦੀ 6 ਮਹੀਨੇ ਗਰੂਮਿੰਗ ਕੈਨ ਟੇਕ ਐਨੀ ਵੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਟਸ ਅ ਫੁੱਲ ਪਲੈਨਡ ਬਿਲਕੁਲ ਉਹਨੂੰ ਤੁਸੀਂ ਸਿੱਖੀ ਵੱਲ ਵੀ ਮੋੜ ਸਕਦੇ ਹੋ ਅਸਿੱਖੀ ਵੱਲ ਵੀ ਮੋੜ ਸਕਦੇ ਹੋ ਇੱਕ ਟਰਨਿੰਗ ਪੁਆਇੰਟ ਹਾਂਜੀ ਤੇ ਹੁਣ ਉਹ 5-6 ਸਾਲ ਲਗਾਤਾਰ ਉਹਦੇ ਪਿੱਛੇ ਪਏ ਹੋਏ ਆ ਤਾਂ ਫੇਰ ਵੀ ਉਹਨਾਂ ਨੂੰ ਉਹ 5-7 ਬੰਦਿਆਂ ਨੂੰ ਫੇਰ ਵੀ ਉਹਨਾਂ ਨੂੰ ਬੰਦੇ ਲੈ ਕੇ ਉੱਥੋਂ ਉਹਨੂੰ ਕੱਢਣਾ ਪਿਆ ਘਰੋਂ ਦੈਟ ਓਬਵੀਅਸਲੀ ਸ਼ੋਜ਼ ਦਿਸ ਫੋਰਸਡ ਦੇ ਬਿਕੋਜ਼ ਆਈ ਡੋਂਟ ਥਿੰਕ ਸ਼ੀ ਵਾਜ਼ 100% ਸ਼ੀ ਵਾਂਟਡ ਟੂ ਮੂਵ ਆਊਟ ਦਾ ਹਾਊਸ ਜੀ ਦਿਸ ਇਜ਼ ਮਾਈ ਓਪੀਨੀਅਨ ਦ ਮੋਸਟ ਜਿਹੜੀ ਹੁਣ ਆ ਜਿਹੜੀ ਆਪਾਂ ਵੀਡੀਓ ਵੀ ਦੇਖੀ ਆ ਓਬਵੀਅਸਲੀ ਆਪਣੇ ਵੀਰ ਜੀ ਹੁਣਾਂ ਨੇ ਐਕਸਪਲੇਨ ਕਰ ਦਿੱਤਾ ਪਰ ਇਸ ਵੇਲੇ ਜਿਹੜੇ ਸੈਂਟਰ ਦੇ ਵਿੱਚ
99.999.9 ਜਿੰਨੀ ਵੀ ਹੈਗੀ ਆ ਉਹ ਇਸਲਾਮਿਕ ਕਲਚਰ ਦੇ ਹੇਠ ਆਇਆ ਇਸ ਵੇਲੇ। ਹਾਂਜੀ ਹਾਂਜੀ ਰਾਈਟ ਬਿਲਕੁਲ ਫੇਵਰੇਟ ਤੁਸੀਂ 99 ਕਹਤਾ ਮੈਂ 100 ਕਹਤਾ 100% ਕਹ ਲਓ ਰਾਈਟ ਉਹਨੂੰ ਐਡਵਾਈਸ ਜਿਹੜੀ ਮਿਲਣੀ ਉਸ ਸੈਂਟਰ ਦੇ ਵਿੱਚ ਬਿਕੋਜ਼ ਸ਼ੀ ਇਜ਼ ਕਨਵਰਟਡ ਟੂ ਇਸਲਾਮ ਨਿਕਾਹ ਕਰਨ ਲਈ ਤੇ ਇਸਲਾਮ ਦੀ ਜਿਹੜੀ ਪਾਲਿਸੀ ਵੀ ਜਿਹੜੀ ਹੈਗੀ ਆ ਵੈਨ ਯੂ ਰੀਕਨਵਰਟ ਆਊਟ ਇਜ਼ ਅ ਡੈਥ ਪੈਨਲਟੀ ਆਪਣੇ ਘਰ ਵਾਲਿਆਂ ਤੋਂ ਵੀ ਡਰਦੀ ਹੋਊਗੀ ਕਿ ਮੈਂ ਏਡਾ ਵੱਡਾ ਸਟੈਪ ਟੇਕ ਕੀਤਾ ਤੇ ਗੱਲਾਂ ਸਾਰੀਆਂ ਬਾਹਰ ਆਈਆਂ। ਬੱਚੀ ਇਹਨਾਂ ਵੱਲੋਂ ਵੀ ਡਰ ਸਕਦੀ ਆ ਕਿ ਹਾਂ ਜੇ ਮੈਂ ਬਾਹਰ ਸਟੈਪ ਕਰਦੀ ਹਾਂ ਤੇ ਵਿਲ ਦੇ ਬੀ ਅ ਰਿਐਕਸ਼ਨ ਫਰੋਮ ਦੀ ਇਸਲਾਮਿਕ ਪੀਪਲ ਕਿ ਹਾਂ ਮੈਂ ਆਊਟ ਆਫ। ਦੇਖੋ ਜੀ ਇਹ ਜੇ ਸਾਡੇ ਕੋਲ ਕੇਸ ਆਉਂਦਾ ਹੈ ਨਾ ਤੇ ਇਸ ਬੱਚੀ ਨੂੰ ਅੰਡਰ ਇਹਨੂੰ ਇੱਕ ਨਿਊਟਰਲ ਗਰਾਊਂਡ ਦਿੱਤਾ ਜਾਂਦਾ ਜਿੱਥੇ ਕੋਈ ਵੀ ਇਹਨੂੰ ਧਾਰਮਿਕ ਤੌਰ ਤੇ ਇਹਨੂੰ ਨਹੀਂ ਇਨਫਲੂਐਂਸ ਕਰ ਸਕਦਾ ਵੈਦਰ ਸਿੱਖ ਉਹ ਵੈਦਰ ਇਸਲਾਮ। ਸੋ ਯੂ ਗਿਵ ਦਮ ਅ ਕਲੀਨ ਸਲੇਟ ਟੇਕ ਦਮ ਅਵੇ ਫੋਰ 5-6 ਮੰਥਸ ਐਂਡ ਸਟਾਰਟ ਵਰਕਿੰਗ ਔਨ ਦ ਪ੍ਰੋਸੈਸ ਆਫ ਕਾਉਂਸਲਿੰਗ। ਉਹਦੇ ਚ 5-6 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿ ਬੱਚਾ ਟਰੂਲੀ ਇਨ ਲਵ ਆ ਵਿਦ ਦੈਟ ਪਰਸਨ ਉਹ ਇਹਨੂੰ ਕੀਤਾ ਗਿਆ। ਬਟ ਅਨਟਿਲ ਜਦੋਂ ਤੁਸੀਂ ਇੱਕ ਉਸ ਪਲੈਟਫਾਰਮ ਤੇ ਨਹੀਂ ਜਾਂਦੇ ਜਿੱਥੇ ਤੁਹਾਨੂੰ ਪਲੈਟਫਾਰਮ ਟੂ ਥਿੰਕ ਟੂ ਐਕਸਪ੍ਰੈਸ ਯੋਰਸੈਲਫ ਟੂ ਟੂ ਬੀ 100% ਓਨੈਸਟ ਵਿਦਆਊਟ ਫੀਅਰ। ਮੈਂ ਇੱਕ ਕੁਐਸਚਨ ਪੁੱਛਦਾ ਤੁਹਾਡੇ ਕੋਲੋਂ ਵੀ ਆਟੋਰਿੰਦਰ ਤੁਹਾਡੇ ਕੋਲ ਵੀ ਕੁਐਸਚਨ ਸੇਮ ਹੈ। ਤੁਸੀਂ ਇੱਕ ਕਜ਼ਨ ਹੁੰਦੇ ਨਾਲ ਤੇ ਉਹਦਾ ਜਵਾਬ ਦੇਣਾ ਔਰ ਤੁਸੀਂ ਭਾਈ ਸਾਹਿਬ ਕੀ ਸੋਚਦੇ ਇਹਦੇ ਬਾਰੇ ਭਾਈ ਮੋਹਨ ਸਿੰਘ ਜੀ ਗਰੂਮਿੰਗ ਹੋ ਰਹੀ ਹੈ ਤੁਸੀਂ ਦੋਨੋਂ ਮੰਨਦੇ ਹੋ ਕਿ 4-5-6 ਸਾਲ ਪਹਿਲਾਂ ਤੋਂ ਉਸ ਵਕਤ ਉਹਦੇ ਭਰਾ ਉਹਦੇ ਬਾਪ ਉਹਦੇ ਜਿਹੜੇ ਆਸ ਪਾਸ ਦੇ ਵਿਅਕਤੀ ਹਾਜ਼ਰ ਉਹ ਕਿੱਥੇ ਸਨ ਕਿਉਂਕਿ ਆਫਟਰ ਗਰੂਮਿੰਗ ਚੁੱਪ ਚੁੱਪੀ ਤੇ ਤਾਂ ਨਹੀਂ ਹੋ ਰਹੀ ਨਾ ਕੁਛ ਨਾ ਕੁਛ ਤਾਂ ਸਿਮਟਮਸ ਹੋਣਗੇ ਉਹ ਆਉਂਦਾ ਹੋਏਗਾ ਪੱਥਰ ਮਾਰਦਾ ਹੋਏਗਾ ਵਟ ਐਵਰ ਕੁਛ ਨਾ ਕੁਛ ਕਰਦਾ ਹੋਏਗਾ ਉਸ ਵਕਤ ਉਹਦੇ ਬਾਪ ਭਰਾ ਕਿੱਥੇ ਸਨ। ਪਰਮਿੰਦਰ ਤੁਸੀਂ ਪਹਿਲਾਂ ਮੈਨੂੰ ਇਹਦਾ ਜਵਾਬ ਦਿਓ। ਮੈਂ ਇਸ ਗੱਲ 'ਤੇ ਇਸ ਜਵਾਬ 'ਤੇ ਆਉਣ ਦੇ ਨਾਲ ਨਾਲ ਸਿਰਫ ਇੱਕ ਪੁਆਇੰਟ ਮੈਂ ਰੇਜ਼ ਕਰਨਾ ਚਾਹੁੰਦਾ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਜੀ। ਜਦੋਂ ਜਿਵੇਂ ਕੁੜੀ ਨੂੰ ਸਵਾਲ ਕਰਦੇ ਨੇ ਜਾਂ ਜਦੋਂ ਇਸ ਤਰ੍ਹਾਂ ਦੇ ਸਵਾਲ ਹੋ ਗਏ ਜਦੋਂ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਨਾ ਤੇ ਇੱਕ ਮੈਂ ਫੈਕਟ ਤੁਹਾਨੂੰ ਦੱਸ ਰਿਹਾ ਗਵਰਨਮੈਂਟ ਆਫੀਸਰਸ ਦੇ ਲਾਗੇ ਜਿਹੜੇ ਰਿਕਾਰਡਡ ਨੇ ਜਦੋਂ ਮੁਸਲਮਾਨ ਉਸ ਮੁਸਲਮਾਨ ਮੁੰਡੇ ਕੋਲੋਂ ਵੀ ਪੁੱਛਿਆ ਗਿਆ ਨਾ ਕਿ ਤੁਹਾਡੇ ਧਰਮ ਤੁਹਾਨੂੰ ਇਸਲਾਮ ਦੇ ਬਾਰੇ ਕੀ ਪਤਾ ਤੇ ਜਦੋਂ ਉਹਨਾਂ ਨੂੰ ਫੋਰ ਐਗਜ਼ਾਮਪਲ ਕਿ ਪੁੱਛਿਆ ਗਿਆ ਫਸਟ ਕਲਮਾ ਕਿਹੜਾ ਹੈ ਸੈਕੰਡ ਕਲਮਾ ਕਿਹੜਾ ਹੈ ਤੇਰਾ ਥਰਡ ਵਨ ਕਿਹੜਾ ਹੈਗਾ ਤੇ ਉਸ ਮੁੰਡੇ ਨੂੰ ਨਹੀਂ ਸੀ ਪਤਾ ਤੇ ਆਫੀਸਰ ਦੇ ਅਲਫਾਜ਼ ਸੀਗੇ ਇਹ ਰਿਕਾਰਡਡ ਹੈ ਆਫੀਸਰ ਦੇ ਅਲਫਾਜ਼ ਸੀ ਤੂੰ ਤਾਂ ਨਾਂ ਦਾ ਹੀ ਮੁਸਲਮਾਨ ਹੈ ਤੂੰ ਵੀ ਤਾਂ ਸਾਨੂੰ ਮੁਸਲਮਾਨ ਨਹੀਂ ਲੱਗ ਰਿਹਾ ਕੀ ਅੰਦਾਜ਼ਾ ਲਾਓ ਜਦੋਂ ਇੱਦਾਂ ਦੀ ਸਥਿਤੀ ਦੇ ਵਿੱਚ ਉਹ ਕੁੜੀ ਜਾ ਰਹੀ ਹੈ ਕਿ ਜਿਹੜਾ ਮੁੰਡੇ ਨੂੰ ਆਪ ਇਸਲਾਮ ਦਾ ਨਹੀਂ ਪਤਾ ਉਹ ਇਸਲਾਮ ਕਨਵਰਟ ਕਿਉਂ ਕਰੇਗੀ ਕਿੰਨੇ ਪ੍ਰਚਾਰ ਕੀਤੇ ਉਹਨੂੰ ਉਸ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਇੱਥੇ ਤੁਹਾਨੂੰ ਇੱਕ ਚੀਜ਼ ਜਿਵੇਂ ਮੈਂ ਤੁਹਾਨੂੰ ਹੁਣ ਅੱਗੇ ਜਾ ਕੇ ਤੁਹਾਨੂੰ ਵੀਡੀਓ ਮੈਂ ਮੇਨ ਨੇ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਉਹ ਵੀ ਦਿਖਾਵਾਂਗੇ ਬਟ ਉੱਥੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਇੱਥੇ ਮਸਲਾ ਕੁਛ ਹੋਰ ਹੁੰਦਾ ਕੁੜੀਆਂ ਨੂੰ ਗੁੰਡਾਗਰਦੀ ਕਰਕੇ ਜਾਂ ਆਪਣੇ ਲਸਟ ਕਰਕੇ ਸੈਕਸ਼ੂਅਲ ਡਿਜ਼ਾਇਰਸ ਕਰਕੇ ਉਹਨੂੰ ਚੱਕ ਲੈਂਦੇ ਨੇ ਤੇ ਫਿਰ ਇਸਲਾਮ ਨੂੰ ਮਜ਼ਹਬ ਨੂੰ ਉੱਥੋਂ ਦੇ ਜਿਹੜੇ ਮੁੰਡੇ ਹੁੰਦੇ ਨੇ ਉਹ ਐਜ਼ ਅ ਸ਼ੀਲਡ ਯੂਜ਼ ਕਰਦੇ ਨੇ ਇਹਨੂੰ ਇੱਕ ਹਥਿਆਰ ਬਣਾ ਲੈਂਦੇ ਇਹਨੂੰ ਹਥਿਆਰ ਬਣਾ ਲੈਂਦੇ ਨੇ ਤਾਂ ਕਿ ਕਮਿਊਨਿਟੀ ਨੂੰ ਆਪਣੀ ਵੱਲ ਖਿੱਚਿਆ ਜਾਏ। ਗੱਲ ਤਾਂ ਪੱਕੀ ਹੈ ਕਿ ਮੋਸਟਲੀ ਮੁਸਲਮਾਨ ਇਸਲਾਮ ਨੂੰ ਸਮਝਦੇ ਹੀ ਨਹੀਂ ਜੇ ਉਹ ਸਮਝਦੇ ਹੁੰਦੇ ਤਾਂ ਕਦੀ ਵੀ ਟੈਰਰਿਜ਼ਮ ਇਸ ਹੱਦ ਤੱਕ ਉੱਥੋਂ ਦੀ ਪੋਜੀਸ਼ਨ ਨਾ ਹੁੰਦੀ। ਚਲੋ ਉਸ ਪਾਸੇ ਸ਼ਾਇਦ ਮੈਂ ਉਸ ਪਾਸੇ ਕਮੈਂਟ ਨਾ ਕਰਾਂ ਉਸ ਦੇ ਵਿੱਚ ਕਾਫੀ ਕੁਝ ਜ਼ਰੂਰ ਜਾਂਦੇ ਨੇ ਪਰ ਮੈਂ ਤੁਹਾਨੂੰ ਉਹ ਵੀਡੀਓ ਜ਼ਰੂਰ ਦਿਖਾਉਣਾ ਚਾਹਾਂਗਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਦੇ ਹਰਕਤ ਹੋ ਰਹੇ ਨੇ ਸਪੈਸ਼ਲੀ ਸਿੰਧ ਦੇ ਵਿੱਚ ਜਿਹੜੇ ਹੋ ਰਹੇ ਨੇ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਅਗਰ ਤੁਸੀਂ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਉਹ ਸਾਰਾ ਦਿਖਾ ਦਿਓ। ਪਰਮਿੰਦਰ ਸਿੰਘ ਨਾ ਇੱਕ ਬ੍ਰੇਕ ਤੇ ਜਾ ਰਹੇ ਹਾਂ ਮੈਂ ਇਮੀਡੀਏਟਲੀ ਬ੍ਰੇਕ ਤੋਂ ਬਾਅਦ ਦੱਸਦਾ ਤੇ ਮੋਹਨ ਸਿੰਘ ਜੀ ਮੈਂ ਇਹ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਦੋਂ ਮੈਂ ਕੁਐਸਚਨ ਕੀਤਾ ਪਰਮਿੰਦਰ ਉਹਨਾਂ ਨੇ ਕੋਈ ਪ੍ਰੋਪਰ ਜਵਾਬ ਨਹੀਂ ਦਿੱਤਾ ਮੈਨੂੰ ਇਸ ਗੱਲ ਦਾ ਕਿ ਜੀ ਕਿਉਂਕਿ ਜਿਹੜੀ ਗਰੂਮਿੰਗ ਹੋ ਰਹੀ ਹੈ ਉਹ ਚੁੱਪ ਚੁੱਪੀਤੇ ਤਾਂ ਹੋ ਨਹੀਂ ਰਹੀ ਆਫਟਰ ਆਲ ਉਹ ਆਉਂਦਾ ਹੋਏਗਾ ਕੁਛ ਨਾ ਕੁਛ ਇਸ਼ਾਰੇ ਕਰਦਾ ਹੋਏਗਾ ਕੋਈ ਪੱਥਰ ਸੁੱਟਦਾ ਹੋਏਗਾ ਕੋਈ ਚਿੱਠੀ ਪਾਉਂਦਾ ਹੋਏਗਾ ਕੁਛ ਨਾ ਕੁਛ ਤਾਂ ਹੋਏਗਾ ਨਾ ਜਿਹਦੇ ਨਾਲ ਉਹ ਉਹਨੂੰ ਮੋਲਡ ਕਰ ਰਹੇ ਜੇ ਤੁਸੀਂ ਆਪ ਮੰਨ ਕੇ ਚੱਲ ਰਹੇ ਹੋ ਕਿ ਉਹ ਉਹਨੂੰ ਵਰਗਲਾ ਰਿਹਾ ਤੇ ਮਤਲਬ ਉਸ ਵਕਤ ਉਹਦੇ ਭਰਾ ਜਾਂ ਉਸ ਵਕਤ ਜਿਹੜੀ ਉੱਥੋਂ ਦੀ ਕਿਉਂਕਿ ਨਨਕਾਣਾ ਸਾਹਿਬ 'ਚ ਸਿੱਖ ਵਸੋਂ ਤਾਂ ਹੈ ਹੀ ਹੈ ਨਾ ਇਸ ਗੱਲ ਨੂੰ ਤਾਂ ਆਪਾਂ ਇਨਕਾਰ ਨਹੀਂ ਕਰਦੇ ਉਹ ਕਿੱਥੇ ਸਨ। ਦੇਖੋ ਜੀ ਇਹ ਇੱਕ ਇਟਸ ਵੈਰੀ ਈਜ਼ੀ ਟੂ ਸੇ ਜਿਹੜੀ ਸੀਟ ਤੇ ਆਪਾਂ ਬੈਠੇ ਹਾਂ ਜਿਹੜੀ ਗਰੂਮਿੰਗ ਪ੍ਰੋਸੈਸ ਜਿਹੜੀ ਇੱਥੇ ਵੀ ਚੱਲਦੀ ਆ ਹੁਣ ਇੱਕ 18 ਸਾਲ ਦੀ ਕੁੜੀ ਪਿਛਲੀ ਵੀਕੇ ਅਸੀਂ ਇੰਟਰਨੈਟ ਤੇ ਪਾਈ ਸੀ ਮਾਂ ਬਾਪ ਨੂੰ ਕੁਛ ਨਹੀਂ ਸੀ ਪਤਾ
ਕਦੀ ਕਦੀ ਮਾਂ ਬਾਪ ਨੂੰ ਜਾਂ ਲੋਕਲ ਰਿਲੇਟਿਵਸ ਨੂੰ ਬਾਅਦ ਵਿੱਚ ਹੀ ਪਤਾ ਲੱਗਦਾ। ਇੱਥੇ ਥੋੜਾ ਆਸਾਨ ਹੈ ਮੋਹਨ ਸਿੰਘ ਜੀ, ਇੱਥੇ ਥੋੜਾ ਆਸਾਨ ਹੈ ਕਿ ਇੱਥੇ ਤੁਹਾਡੇ ਕੋਲ WhatsApp ਜਿਹੜੀਆਂ ਦੂਜੀਆਂ ਹੋਰ ਤੁਹਾਡੇ ਕੋਲ ਈਮੇਲ ਤੇ ਤੁਹਾਡੇ ਕੋਲ ਹੋਰ। ਦੇਖੋ ਜੀ ਜਦੋਂ ਆਪਾਂ ਕਿ ਉੱਥੇ ਵੀ ਹੋਣ ਨਹੀਂ ਨਹੀਂ ਦੇਖੋ ਜਦੋਂ ਆਪਾਂ ਕੋਈ ਵੀ ਕੇਸ ਤੇ ਜਾਂਦੇ ਆ, ਕੋਈ 14 ਸਾਲ ਦੀ 15 ਸਾਲ ਦੀ ਬੱਚੀ, ਹੁਣ ਆਪਾਂ ਨੂੰ 22 ਸਾਲ ਹੋ ਗਏ ਕਰਦਿਆਂ ਨੂੰ, ਮਾਂ ਬਾਪ ਆਰ ਦਾ ਲਾਸਟ ਪੀਪਲ ਟੂ ਨੋ ਕਿ ਕੀ ਹੋ ਰਿਹਾ ਕੀ ਨਹੀਂ, ਬਿਕੋਜ਼ ਜਦੋਂ ਇਹ ਮੈਸੇਜਸ ਭੇਜਦੇ ਆ ਕਦੀ ਕਦੀ ਬੱਚਾ ਸ਼ਰਮ ਖਾਂਦਾ ਕਿ ਮੈਂ ਆਪਣੇ ਮਾਂ ਬਾਪ ਨੂੰ ਨਹੀਂ, ਬਟ ਇੰਟਰਨਲੀ ਇਟ ਫੀਲਸ ਗੁੱਡ ਕਿ ਮੈਨੂੰ ਕੋਈ ਕੋਈ ਮੇਰੇ ਵੱਲ ਦੇਖ ਰਿਹਾ ਜਾਂ ਮੈਨੂੰ ਕੋਈ ਹਿਊਮਨ ਨੇਚਰ ਹੈ, ਉਹਦੀ ਈਗੋ ਨੂੰ ਇਨਫਲੇਟ ਹੋ ਗਿਆ, ਫਲੈਟਰੀ ਹੋ ਗਈ, ਪ੍ਰੇਜ਼ ਹੋ ਗਿਆ, ਕਈ ਕੁਛ ਹੋ ਜਾਂਦਾ। ਤਾਂ ਬੱਚਾ ਕਹਿੰਦਾ ਵੀ ਮੈਂ ਆਪਣੇ ਮਾਂ ਬਾਪ ਨੂੰ ਜੇ ਦੱਸਿਆ ਵੀ ਤੇ ਮੇਰਾ ਸਕੂਲਿੰਗ ਨਾ ਬੰਦ ਕਰ ਦੇ, ਮੈਨੂੰ ਘਰ ਬੰਨ ਕੇ ਨਾ ਰੱਖ ਦੇਣ, ਜਾਂ ਸਪੈਸ਼ਲੀ ਜਦੋਂ ਹੁਣ ਆਪਣੇ ਸਹਿਮਤ ਹਾਂ ਮੈਂ ਕਹਿੰਦਾ ਉਹਨਾਂ ਨੂੰ ਕੋਈ ਇਸ਼ਾਰਾ ਨਹੀਂ ਮਿਲਿਆ ਪ੍ਰਵਿੰਦਰ ਹੁਣਾਂ ਕੋਲ ਜਵਾਬ ਦੇ, ਕਿਉਂਕਿ ਐਟਲੀਬਰਟੀ ਪ੍ਰਵਿੰਦਰ ਮੈਂ ਇੱਕ ਸਕੂਲ ਚ ਪੜ੍ਹਾਉਂਦਾ ਇੱਥੇ, ਉਹਦੇ ਬਾਹਰ ਵੀ ਕਈ ਉਹ ਬੱਚੇ ਜਿਹੜੇ ਜਿਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹਨਾਂ ਧਰਮ ਦੇ ਵਿੱਚ ਉਹ ਕੜੇ ਪਾ ਕੇ ਖੜੇ ਹੋ ਜਾਣਗੇ, ਜਾਣ ਕੇ ਆਪਣੇ ਆਪ ਨੂੰ ਸ਼ੋਅ ਕਰਨ ਹੁੰਦੇ ਤੇ ਦੂਸਰੇ ਵੀ। ਭਾਈ ਸਾਹਿਬ ਜਿਹੜੀ ਜਿਹੜੀ ਮੇਨ ਚੀਜ਼ ਹੈ ਨਾ, ਇੱਥੇ ਵੀ 90% ਕੇਸਿਸ ਮਾਪਿਆਂ ਨੂੰ ਬਾਅਦ ਵਿੱਚ ਪਤਾ ਲੱਗਦਾ। ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਹੈ ਨਾ, ਮੈਜੋਰਿਟੀ ਆਫ ਆਰ ਕੇਸਿਸ ਇਹ ਸੀ ਵੀ ਕੁੜੀ ਘਰੋਂ ਨਿਕਲ ਗਈ। ਮੇਰਾ ਤਜਰਬਾ ਭਾਈ ਮੋਹਨ ਸਿੰਘ ਥੋੜਾ ਹੋਰ ਹੈ, ਮੇਰਾ ਤਜਰਬਾ ਇਹ ਹੈ ਕਿ ਘੱਟੋ ਘੱਟ ਮਾਂ ਨੂੰ ਜ਼ਰੂਰ ਪਤਾ ਹੁੰਦਾ। ਆਪਾਂ ਬ੍ਰੇਕ ਤੇ ਜਾਣ ਲੱਗੇ ਪ੍ਰਵਿੰਦਰ, ਜੇ ਤੁਸੀਂ ਸ਼ਾਰਟ ਜਵਾਬ ਦੇਣਾ ਚਾਹੁੰਦੇ ਹੋ ਸ਼ਾਰਟ ਦੇ ਵਿੱਚ, ਮੈਂ ਜਵਾਬ ਦੇਣਾ ਚਾਹੁੰਦਾ। ਮੈਂ ਬਿਲਕੁਲ ਇਸ ਮੈਂ ਇਸ ਪੱਖੋਂ ਗੱਲ ਕਰਨਾ ਚਾਹਾਂਗਾ, ਹਰ ਮਾਂ ਪਿਓ ਦੀ ਗਲਤੀ ਹੈ ਕਿ ਆਪਣੇ ਬੱਚੇ ਦੀ ਉਹ ਖਬਰ ਨਾ ਲੈਣ ਔਰ ਰੈਗੂਲਰਲੀ ਨਾ ਲੈਣ ਔਰ ਪਤਾ ਨਾ ਕਰਨ, ਉਸਦੇ ਨੇਚਰ ਨੂੰ ਨਾ ਦੇਖਣ, ਉਸਦੇ ਅਗਰ ਉਸਦੇ ਵਿੱਚ ਫੋਰ ਐਗਜ਼ਾਮਪਲ ਡਿਪਰੈਸ਼ਨ ਦੇ ਹਾਲਾਤ ਨੇ, ਉਹ ਉਹਦੇ ਵਿੱਚ ਅਗਰ ਫੋਰ ਐਗਜ਼ਾਮਪਲ ਇਸ ਤਰ੍ਹਾਂ ਦੀ ਚੀਜ਼ ਆ ਰਹੀ ਹੈ ਕਿ ਉਹ ਸਿਕਰਟ ਰੱਖਣਾ ਚਾਹੁੰਦੀ ਹੈ, ਕੋਈ ਗੱਲ ਸਾਹਮਣੇ ਨਹੀਂ ਆਉਣਾ ਚਾਹੁੰਦੇ ਜਾਂ ਕੋਈ ਦੱਸਣਾ ਨਹੀਂ ਚਾਹੁੰਦੇ, ਇਸ ਤਰ੍ਹਾਂ ਦੇ ਅਗਰ ਕੋਈ ਬੱਚੇ ਦੇ ਹਾਲਾਤ ਚੇਂਜ ਹੋ ਜਾਂਦੇ ਨੇ, ਕੋਈ ਵੀ ਵਲਨਰੇਬਿਲਟੀ ਆ ਬੱਚੇ ਦੇ ਮਾਪੇ ਦਾ ਹੱਕ ਆ ਉਸ ਚੀਜ਼ ਨੂੰ ਥੋੜਾ ਜਿਹਾ। ਸੋ ਇਸ ਚੀਜ਼ ਨੂੰ ਮੈਂ ਜ਼ਾਹਰੀ ਤੌਰ ਤੇ ਮੈਂ ਇਸ ਚੀਜ਼ ਨੂੰ ਐਕਸੈਪਟ ਕਰਦਾ ਕਿ ਮਾਪਿਓ ਦੀ ਗਲਤੀ ਆ ਅਗਰ ਇਸ ਤਰੀਕੇ ਨਾਲ ਦੇਖਿਆ ਜਾਏ, ਬਟ ਹੁਣ ਜਦੋਂ ਗੱਲ ਵਾਪਰੀ ਹੈ ਤੇ ਸਾਡੇ ਸਾਹਮਣੇ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ, ਕਿਉਂਕਿ ਮਾਂ ਬਾਪ ਦੀ ਗਲਤੀ ਮੰਨਦੇ ਆ ਪਰ ਫਿਰ ਮਾਂ ਬਾਪ ਵੀ ਕਈ ਵਾਰ ਮਜਬੂਰ ਹੋ ਜਾਂਦੇ ਨੇ। ਮਿਲਦੇ ਆ ਬ੍ਰੇਕ ਤੋਂ ਬਾਅਦ। ਮੇਰੇ ਬਿਲਕੁਲ ਨਾਲ ਬੈਠੇ ਨੇ ਪਰਵਿੰਦਰ ਸਿੰਘ ਸਾਹਿਬ ਜੀ ਔਰ ਸਰਦਾਰ ਮੋਹਨ ਸਿੰਘ ਸਾਹਿਬ ਜੀ ਔਰ ਸਰਕਾਰ ਜੀ ਬਲਵਿੰਦਰ ਸਿੰਘ ਜੀ ਪੱਟੀ ਸਾਹਿਬ। ਇਸ ਦੌਰ ਦੇ ਵਿੱਚ ਅਸੀਂ ਤੁਹਾਡੀ ਕਾਲਸ ਵੀ ਲਵਾਂਗੇ, ਨੰਬਰ ਮੈਂ ਦੁਹਰਾਉਂਦਾ ਚੱਲਣਾ, ਵੈਸੇ ਨੰਬਰ ਸਾਡੀ ਸਕਰੀਨ ਤੇ ਆ ਰਿਹਾ ਹੋਵੇਗਾ, 0208571429 ਇਹ ਸਾਡਾ ਸਟੂਡੀਓ ਦਾ ਨੰਬਰ ਰਹੇਗਾ। ਬਲਵਿੰਦਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਸ ਗੱਲ ਤੋਂ ਤੁਸੀਂ ਸ਼ੁਰੂ ਕਰੋ ਤੇ ਫਿਰ ਮੇਰੇ ਪਾਸ ਇੱਕ ਛੋਟੀ ਜਿਹੀ ਫੁਟੇਜ ਹੋਰ ਹੈ, ਤੁਸੀਂ ਮੈਨੂੰ ਦੱਸੋ ਕਿ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਉਹਦਾ ਤੁਹਾਡੇ ਕੋਲ ਹੁਣ। ਹਾਂ, ਮੈਂ ਐਕਚੁਅਲੀ ਇਹ ਦੱਸਣਾ ਚਾਹੁੰਦਾ ਕਿ ਦੇਖੋ ਸਾਡੇ ਮਾਂ ਪਿਓ ਨੇ ਜਦੋਂ ਆਪਾਂ ਵੱਡੇ ਹੋਏ ਆ, ਸਾਡੇ ਛੋਟੇ ਸੀਗੇ, ਸਾਡੇ ਮਾਂ ਪਿਓ ਨੂੰ ਵੀ ਨਹੀਂ ਪਤਾ ਚੱਲਦਾ ਸੀ, ਔਰ ਅੱਜ ਕੱਲ੍ਹ ਤਾਂ ਜ਼ਿਆਦਾ ਹੀ ਔਖਾ ਹੋ ਗਿਆ ਕਿਉਂਕਿ ਟੈਕਨੋਲੋਜੀ ਨੇ ਅੱਗੇ ਵਧੀ ਹੈ, ਸਾਡੇ ਮਾਂ ਪਿਓ ਨੂੰ ਪਤਾ ਹੀ ਨਹੀਂ ਚੱਲਣਾ, ਉਹਨਾਂ ਨੂੰ ਤਾਂ ਇਹ ਲੱਗਣਾ ਕਿ ਸਿਰਫ ਮੋਬਾਈਲ ਯੂਜ਼ ਕਰ ਰਹੇ ਨੇ, ਬਟ ਮੋਬਾਈਲ ਦੇ ਵਿੱਚੋਂ ਕਿੰਨੀਆਂ ਕੁ ਚੀਜ਼ਾਂ ਅੱਗੇ ਹੈਗੀਆਂ, ਮੈਸੇਜ ਨੇ, WhatsApp ਹੈ, ਉਹਦੇ ਵਿੱਚੋਂ ਮਾਂ ਪਿਓ ਨੂੰ 99% ਆਪਾਂ ਜਿੱਥੇ ਬਲੇਮ ਕਰ ਸਕਦੇ ਹਾਂ ਉੱਥੇ ਸਾਨੂੰ ਪਤਾ ਹੈਗਾ ਕਿ ਉਸਦੇ ਨਾਲ ਬੱਚੇ ਪਲੇ ਵੀ ਕਰ ਸਕਦੇ ਨੇ। ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਜਿਹੜੀ ਫੁਟੇਜ ਮਨ ਸਿੰਘ ਜੀ ਔਰ ਪੱਟੀ ਸਾਹਿਬ ਆਪ ਜੀ ਨੇ ਦੇਖਣਾ, ਇਸ ਫੁਟੇਜ ਦੇ ਵਿੱਚ ਭਾਵੇਂ ਥੋੜੀ ਜਿਹੀ ਪੁਰਾਣੀ ਹੈ, ਨਜ਼ਮ ਸੇਠੀ ਨਾਮ ਦੇ ਇੱਕ ਉੱਥੋਂ ਦੇ ਐਂਕਰ ਨੇ ਜਾਂ ਹਿਸਟੋਰੀਅਨ ਨੇ ਜਾਂ ਜੋ ਵੀ ਹੈ ਨੇ, ਉਹ ਉੱਥੋਂ ਦੀ ਪੋਜੀਸ਼ਨ ਦੱਸ ਰਹੇ ਨੇ ਕਿ ਵਾਕਈ ਉੱਥੇ ਉਹ ਕਹਿੰਦੇ ਨੇ ਕਿ ਹਰ ਮਹੀਨੇ ਦੇ ਵਿੱਚ 15 ਦਿਨਾਂ ਦੇ ਬਾਅਦ ਇਸ ਤਰ੍ਹਾਂ ਹੁੰਦਾ। ਪਰ ਹੁਣ ਸਾਡੀ ਇਹ ਹੈ ਕਿ ਸਿੰਧ ਵਿੱਚ ਵੀ ਬੱਚੀਆਂ ਚੁੱਕੀਆਂ ਜਾ ਰਹੀਆਂ ਨੇ, ਕਨਵਰਟ ਕੀਤੀਆਂ ਜਾ ਰਹੀਆਂ ਨੇ ਕਿ ਕਾਫੀ ਉੱਥੇ ਹਾਲਾਤ, ਇੱਕ ਫੁਟੇਜ ਹੈ ਜੀ ਉਹ ਪਲੀਜ਼ ਦਿਖਾਇਓ ਜਰਾ। ਆਪਣੇ ਦੇਖਾ ਅਭੀ ਜੋ ਦੋ ਕੇਸਿਸ ਆਪਣੇ ਸਾਹਮਣੇ ਚੱਲ ਰਹੇ ਹੈ ਅੱਜ ਕੱਲ੍ਹ ਮੀਡੀਆ ਕੇ ਅੰਦਰ, ਇੱਕ ਉਹ ਲੜਕੀ ਕਾ ਜਿਸਕੋ ਕਿਡਨੈਪ ਕਰ ਲਿਆ ਗਿਆ ਸਿੰਧ ਕੇ ਅੰਦਰ, ਹਿੰਦੂ ਲੜਕੀ ਉਸਕੋ ਕਿਡਨੈਪ ਕਰਕੇ ਫੋਰਸ ਕਨਵਰਜਨ ਕਰਕੇ ਔਰ ਕਿਡਨੈਪ ਕਰ ਲਿਆ ਗਿਆ, ਔਰ ਉਸਕੇ ਮਾਂ ਬਾਪ ਜੋ ਹੈ ਵੋ ਬੇਚਾਰੇ ਰੋ ਰਹੇ ਹੈ, ਖੜੇ ਹਰ ਜਗ੍ਹਾ ਪੇ ਦਰਵਾਜ਼ੇ ਖੜਕਰਾ ਰਹੇ ਕਿ ਹਮਾਰੀ ਕੋਈ ਇਨਸਾਫ ਹੋ, ਔਰ ਯੇ ਪਤਾ ਨਹੀਂ ਚੱਲ ਰਹਾ ਕਿ ਉਹ ਲੜਕੀ ਜੋ ਹੈ ਉਸਕੋ ਕੈਸੇ ਕਿਡਨੈਪ ਕੀਆ ਔਰ ਕੈਸੇ ਕਨਵਰਜਨ ਹੋਈ, ਫਿਰ ਜ਼ਬਰਦਸਤੀ ਸ਼ਾਦੀ ਹੋਈ ਜਾਂ ਨਹੀਂ ਹੋਈ। ਦਰਅਸਲ ਇਸ ਕਿਸਮ ਕੇ ਜੋ ਕੇਸਿਸ ਹੋਤੇ ਹੈ ਯੇ 90% ਲੜਕੀ ਕੋ ਉਠਾ ਲਿਆ ਜਾਤਾ ਹੈ, ਉਸਕੋ ਕਾਨੂੰਨ ਕੇ ਤਹਿਤ ਉਸਕੋ ਜਲਦੀ ਸੇ ਬਿਸਮਿਲ੍ਲਾ ਰਹਿਮਾਨ ਰਹੀਮ ਮੈਂ ਮੁਸਲਮਾਨ ਹੂੰ ਕਰਵਾ ਕੇ ਫਿਰ ਕਲਮਾ ਪੜਵਾ ਕੇ ਔਰ ਉਸਕੇ ਬਾਅਦ ਜਿਨਸੀ ਜ਼ਿਆਦਤੀ ਕੀ ਜਾਤੀ ਹੈ, ਵੋ ਉਸਕੋ ਵੀ ਕਹਾ ਜਾਤਾ ਕਿ ਤੁਮਸੇ ਸ਼ਾਦੀ ਹੋ ਗਈ ਹੈ, ਤੁਮ ਮੁਸਲਮਾਨ ਬਨ ਗਈ ਹੋ, ਸ਼ਾਦੀ ਹੋ ਗਈ ਹੈ, ਔਰ ਉਸਕੇ ਬਾਅਦ ਤਾਂ ਕਿ ਇਨਕੋ ਫਿਰ ਹਾਥ ਨਾ ਕੋਈ ਲਗਾ ਸਕੇ, ਯੇ ਕਹਾ ਜਾਏ ਕਿ ਇਹ ਤਾਂ ਖੁਦ ਆਈ ਹੈ ਔਰ ਯੇ ਕਨਵਰਟ ਹੋ ਗਈ ਹੈ, ਅਬ ਮੇਰੀ ਬੀਵੀ ਹੈ, ਇਸਸੇ ਜ਼ਿਆਦਾ ਔਰ ਵੋ ਅਦਾਲਤੇ ਔਰ ਪੁਲਿਸ ਵੋ ਬੜੇ ਸਿੰਪੈਥੈਟਿਕ ਹੋਤੇ ਹੈ ਕਿ ਜੀ ਕਿਸੀ ਇੱਕ ਦੈਰੀਏ ਕੋ ਯਾ ਇੱਕ ਇਨਫਿਡਲ ਕੋ ਆਪਨੇ ਮੁਸਲਮਾਨ ਬਣਾ ਦਿਆ, ਇਸਸੇ ਜ਼ਿਆਦਾ ਕਿਆ ਆਪਕੋ ਜੰਨਤ ਨਸੀਬ ਹੋਗੀ, ਕਿਆ ਯੇ ਇੱਕ ਮਾਹੌਲ ਬਣਾਇਆ ਹੈ, ਮਗਰ ਐਕਚੁਅਲੀ ਇਸਕੇ ਪੀਛੇ ਜੋ ਹੈ ਵੋ ਬਿਲਕੁਲ ਇੱਕ
زیادتی ہے اس کے پیچھے, اس کا کوئی مذہب کے ساتھ تعلق نہیں ہے, مذہب کو استعمال کیا جا رہا ہے. اور پھر اس کے بعد کیا ہوتا ہے, یہ آج تک کسی نے نہیں آپ کو بتایا, مگر جو 90% کیسز ہیں جو رپورٹ شائع ہوتی ہیں, ایسی لڑکیاں اگر وہ اپنے ماں باپ کے پاس نہ جائیں یا نہ وہ ماں باپ واپس لے سکے انہیں, تو وہ دو تین چار چار مہینے کے بعد وہ جو شخص جس نے ان کے ساتھ شادی کی ہوئی ہوتی ہے, یہ لڑکیاں غائب ہو جاتی ہیں, یہ ان کے پاس بھی نہیں رہتی. اور اگر ان سے پوچھا جائے کہ یہ لڑکی آپ نے شادی کی تھی, کنورٹ کیا تھا, وہ کہاں گئی, تو آگے سے جواب نہیں ملتا. 90% کیسز میں یہ لڑکیاں جو ہیں یہ غائب ہو جاتی ہیں یا مار دی جاتی ہیں یا ان کو پروسٹیٹیوشن میں دھکیل دیا جاتا ہے, اور پھر وہ چھپاتی پھرتی ہیں کہ ان کے ساتھ کیا ہوا, کیونکہ وہ بے عزتی ہے یا اس قسم کی بات, اور خاندان بھی اس کو چھپا دیتا ہے. تو اس قسم کی زیادتی کہ پہلے وہ اس کو اٹھانا, پھر اس کو زبردستی کنورٹ کرنا, پھر اس کے ساتھ زنا کرنا, زنا بن جبر کرنا, اس کے بعد ان کو پھینک دینا, تو اس قسم کی زیادتیاں ہو رہی ہیں. سارا دے سارا سنیا ہے جی. پٹی صاحب میں ہوں تھوڑے کو کوشچن کرنا چاہتا, کیونکہ تھی ریلیجیس فیلڈ دے وچوں ستگرو جی دی اپار تھوڈے اوپر کرپا ہے. ایک مون سنگھ صاحب تھوڑے کو میں کوشچن کروں گا بعد دے وچ, شاید تھوڑے 19 سال دے, کیونکہ میرے کو یہ تجربہ ہے کہ اتوں بھی کچھ بچیاں لے جاندی گئی ہیں جدہ نجم سیٹھی صاحب نے کہا, اور وہ بچیاں لے جا کے باقاعدہ ہیرا بازار دے وچ, اتوں دا ایک بازار اتنے جا کے بیچی گئی ہیں, جہی کہ نجم سیٹھی صاحب نے گل کلیئر کی ہے کہ پروسٹیٹیوشن دے وچ لے جاندی جاندی ہیں. پٹی صاحب ساڈا دھرم کی کہندا ہے؟ ڈاکٹر صاحب ساڈی پنتھ پروانت جو رہت مریادا اودے وچ بڑا صاف لفظاں دے وچ لکھیا آ, سکھ دا ویاہ سکھنی نال ہی ہووے, نہ کہ ہور کسی دھرم دے نال. بڑا صاف لفظاں دے وچ لکھیا ہویا. مینوں گل یاد آ کہ ایک آنند کارج ہونا سیگا, تے ایک راگی جتھے نوں بلایا گیا, وہ راگی جتھا سچیت آ, ایتھوں دا منڈا ٹیچر آ, اونوں پروار نے کہا کہ آنند کارج کرنا, تے مینوں فون آیا کہندا گیانی جی ایس آنند کارج تے مینوں بلایا, تے کی لڑکا تے لڑکی اپنے سکھ دھرم دے وچوں ہی نے؟ میں کہ ہاں جی میں جانتا, دونوں پرواروں نو جانتا, سکھاں دا ہی لڑکا ہے تے سکھاں دی لڑکی آ. سو ایتھے جا کے میں محسوس کردا کہ جے دوسرا دھرم کوئی مسلمان دھرم یا ہور کوئی اسی انہاں دا اس طرح آنند کارج کروائیے جا ارداس کریے کہ وہ پروان کرن گے, مسلمان دھرم کدے بھی اجازت نہیں دے گا کہ اسی انہاں دی لڑکی دا ویاہ اس طرح کروائیے. انہاں دے جڑے دھارمک آگو سی اس ویلے ملا سی جا جڑے بھی ہیگے نے, جس طرح انہاں نے کیتا ہے لڑکی دے نال, لڑکی صاف دس رہی ہے کہ وہ ڈری ہوئی سی گی, لڑکی اودے فیس تو پتہ لگ رہا ہے. ہاں جی ٹھیک ہے. سو اس کر کے اپاں محسوس کردے ہاں کہ جبردستی پاویں عیسائی دھرم والے اس طرح کر رہے نے, جا اج انڈیا سرکار دے وچ ہوندیا ہویا انہاں دے جے شری رام دے نعرے ایک بزرگ تو لگوائے جا رہے نے, چھوٹے بچے تو کہہ جا رہے کہ تو بول جے شری رام, مطلب کہ جبردستی سکھ دھرم دے وچ اینو کوئی جگہ نہیں. ساڈا وی دو واری راج آیا لیکن اس راج دے وچ کوئی ایسی, سو اس کر کے کوئی بھی ایسا کام سے کوئی بھی دھرم نوں لگدا نہیں اجازت دیندا ہوئے, جے ادھا دا کچھ ہے گا تے انہاں نوں اودے تے وچار کرنی چاہی دی آ, جدے نال ساڈے سماج دے وچ ساڈے دھرماں دے وچ آپسی پھٹکیاں دے وچ تناؤ پیدا ہوندا, پریشر پے گا نا بہت زیادہ, تاں کر کے ساری گل ہو گئی. پریشر موہن سنگھ جی انہوں نے بہت سارے کیس جتھے, میرے کو بھی ادھر کیس آئے نے. ایک لڑکی سی ہے نا, وہ عمر اجے 16 سال دی سی, اسی طرح ہویا, اسی بڑی سمجھاؤن دی کوشش کیتی, پھر انہاں وہ مسلمان پروار دا منڈا سیگا, انہوں نے لڑکی والے لڑکی نو کار نویں لے دتی, بی ایم گڈی لے کے دتی, میرے سامنے کیس جان بوجھ کے انہوں لالچ دے دیتا گیا, برین واش کر دیتا گیا. سو اس طرح دا نہیں ہونا چاہیے ساڈے سماج دے اندر. جیہڑے نال ساڈا کول پٹ سے کال آ رہی ہے, آپ کال لے لیجیے جی. کون بول رہے ہو آپ جی؟ جناب شان جی, ڈاکٹر صاحب بھائی خالصہ بولتے جی. بھائی جی کا خالصہ, کون بول رہے ہو؟ سکھویندر سنگھ گل بولدا لیسر تو. ہاں جی گل صاحب کی کہنا چاہو گے؟ گل اے ہے بھئی ایک تا گرو کر دے گیانی سے صاحب دی بچی سی. ہاں جی تمبو صاحب, ہر بندہ اپنے بچیاں نو تعلیم دیندا ہے کہ بھئی دوسرے دھرم چ تو نہیں جانا, پر جیڑی بچی نال ہوئی ہے وہ گل جیڑی اے دے الٹ ہے کہ وہ بچی سہمی ہوئی سی, او دے دل دے اوتے پربھاو سیگا جیڑا جدوں اونوں ٹیلی تے دیندا گیا سامنے کیمرے تے. جیڑی ماں جے ماں نو پتہ بھی ہووے تے ماں کوئی نہیں چاہندی کہ دوجے دھرم دے وچ پرویش کر جائے بچی جیڑی ہے, انہوں نے ڈکن دا. پر دھرم دی پالنا کرن والے لوگ جڑے آ وہ آپ دوجے بندے نو جڑے بچے دے ماں باپ سی وہ بھی کہہ سکدے ہی کہ تو بچیے اپنے ماں باپ دے گھر جا,
ਜਿਹੜੀ ਤੇਰੀ ਸਿਆਣਪ ਇਹ ਹੁੰਦੀ ਹੈ ਕਿ ਦੂਜੇ ਧਰਮ ਦੀ ਬੱਚੀ ਨੂੰ ਜਦੋਂ ਤੁਸੀਂ ਐਕਸੈਪਟ ਕਰਨਾ ਤੇ ਤੁਹਾਡੇ ਅੰਦਰ ਇੱਕ ਵੇਦਨਾ ਉਛਲਦੀ ਹੈ ਕਿ ਇਹਦੇ ਤੇ ਰੌਲਾ ਵੀ ਪੈ ਸਕਦਾ, ਇਹਦੇ ਤੇ ਜੰਗ ਮੁਕਦਮਾ ਵੀ ਹੋ ਸਕਦਾ, ਕੋਈ ਬਦਨਾਮੀ ਵੀ ਹੋ ਸਕਦੀ ਹੈ। ਇੱਕ ਪਾਸੇ ਅਸੀਂ ਕਸ਼ਮੀਰ ਦੇ ਵਿੱਚ ਉਹਨਾਂ ਦੀਆਂ ਪੰਜਾਬ ਚ ਪੜ੍ਹਦੀਆਂ ਬੱਚੀਆਂ ਨੂੰ ਬੜੇ ਮਾਣ ਨਾਲ ਪਹੁੰਚਾਉਣੇ ਆ ਕਿ ਸਾਡੀਆਂ ਭੈਣਾਂ ਧੀਆਂ ਭੈਣਾਂ ਲੱਗਦੀਆਂ ਜੀ, ਬਿਲਕੁਲ ਤੇ ਇਹ ਉਹਨਾਂ ਨੂੰ ਸ਼ਰਮ ਨਹੀਂ ਆਈ ਮਾੜੀ ਮੋਟੀ ਵੀ ਜਿਹੜੀ ਹੈ ਵੀ ਅਸੀਂ ਕਿਸੇ ਸਿੱਖ ਧਰਮ ਦੀ ਬੱਚੀ ਜਿਹੜੀ ਹੈ ਉਹਦੇ ਨਾਲ ਇਹ ਜਬਰਜਨਾ ਕਰਕੇ ਉਹਨੂੰ ਆਪਣੇ ਧਰਮ ਚ ਕਨਵਰਟ ਕਰ ਰਹੇ ਹਾਂ। ਜਲ ਸਾਹਿਬ ਉਹਦੀ ਇੱਕ ਪ੍ਰੋਬਲਮ ਇਹ ਹੈ ਨਾ ਕਿ ਉਹ ਲੋਕੀ ਸਮਝਦੇ ਨੇ ਖਰੇ ਅਸੀਂ ਆਪਣੇ ਧਰਮ ਚ ਕਿਸੇ ਨੂੰ ਜ਼ਬਰਦਸਤੀ ਵੀ ਲੈ ਆਇਆ ਨਾ ਤੇ ਸਾਡੇ ਲਈ ਬੜਾ ਇੱਕ ਸਵਾਬ ਦਾ ਇੰਗਲੈਂਡ ਦੇ ਵਿੱਚ ਇਹ ਪ੍ਰਚਲਿਤ ਤੁਰੀ ਆਉਂਦੀ ਆ ਕਿ ਉਹ ਕੜੇ ਪਾ ਕੇ ਸਕੂਲਾਂ ਦੇ ਅੱਗੇ ਖੜਦੇ ਆ, 10,000 ਪਾਉਂਡ ਉਹਨਾਂ ਨੂੰ ਦਿੰਦੇ ਆ। ਹਾਂ 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 ਬਿਲਕੁਲ, ਤੇ ਹਿੰਦੂਆਂ ਦੀਆਂ ਜਾਂ ਸਿੱਖਾਂ ਦੀਆਂ ਕੁੜੀਆਂ ਲੈ ਕੇ ਆਉਣੀਆਂ, ਜੇ ਇਹਨਾਂ ਨੂੰ ਸ਼ਰਮ ਜਾ ਹੋਵੇ ਮਾੜੀ ਮੋਟੀ ਤੇ ਉਹ ਬੰਦਾ ਰੋਕਦਾ ਨੀ, ਕਿਸੇ ਨੂੰ ਵੀ ਦੂਜੇ ਦੀ ਇੱਜ਼ਤ ਜਿਹੜੀ ਆ ਉਹ ਸਾਡੀ ਇੱਜ਼ਤ ਇੱਕੋ ਜਿਹੀ ਹੈ। ਬਿਲਕੁਲ ਠੀਕ ਹੈ ਗਿੱਲ ਸਾਹਿਬ, ਥੈਂਕ ਯੂ, ਤੁਹਾਡਾ ਬਹੁਤ ਅੱਛਾ ਗੱਲ। ਸਾਹਿਬ ਸਿੰਘ ਜੀ, ਮੈਂ ਇਸੇ ਪੁਆਇੰਟ ਤੇ ਤੁਹਾਡੇ ਕੋਲ ਗੱਲ ਪੁੱਛਣਾ ਚਾਹੁੰਦਾ ਵੀ ਕਿਸੇ ਦੀ ਧੌਣ ਤੇ ਰੱਖ ਦਿਓ ਤੁਸੀਂ ਪਿਸਤੌਲ ਤੇ ਪਿੱਛੇ ਪਈ ਹੈ ਤੇ ਜੋ ਮਰਜ਼ੀ ਉਹਦੇ ਕੋਲ ਬੁਲਾਈ ਜਾਓ, ਇਹ ਕੀ ਧਰਮ ਕਿਸੇ ਵੀ ਧਰਮ ਦੇ ਵਿੱਚ ਜਾਇਜ਼ ਹੈ? ਜੋ ਮਰਜ਼ੀ ਬੁਲਾਈ ਜਾਓ, ਕਿਉਂਕਿ ਕੋਰਟ ਦੇ ਵਿੱਚ ਵੀ ਮੈਂ ਇੱਕ ਕੇਸ ਸੀਗਾ ਜਿੱਥੇ ਉਹ ਬੱਚੀ ਨੂੰ ਡਰਾਇਆ ਗਿਆ ਸੀ, ਇੱਥੇ ਦਾ ਕੇਸ ਸੀਗਾ ਜਿੱਥੇ ਉਹ ਡਰਾਇਆ ਗਿਆ ਸੀ ਵੀ ਜੇ ਤੂੰ ਉਹ ਬੋਲੀ ਸਾਡੀ ਬੋਲੀ ਉਹ ਨਾ ਬੋਲੂਗੀ ਤੇ ਤੇਰੇ ਛੋਟੇ ਭਰਾ ਨੂੰ, ਸਾਨੂੰ ਪਤਾ ਕਿਹੜੇ ਸਕੂਲੇ ਜਾਂਦਾ, ਉਹਨੂੰ ਉੱਥੇ ਚੱਕਿਆ ਆਊਗਾ, ਤੁਹਾਡੇ ਘਰ ਨੂੰ ਅੱਗ ਲਾਈ ਜਾਊਗੀ। ਹੁਣ ਜਿਹੜਾ ਕੋਈ 15-16 ਸਾਲ ਦਾ ਬੱਚਾ ਆ ਉਹਨੇ ਕਦੀ ਏਦਾਂ ਦੀ ਬਲੈਕਮੇਲ ਦੇਖੀ ਨਹੀਂ ਤੇ ਉਹਨੇ ਡਰਨਾ ਹੀ ਡਰਨਾ ਤੇ ਉਹਨੇ ਉਹੀ ਬੋਲੀ ਬੋਲਣੀ ਜਿਹੜੀ ਉਹ ਤੁਹਾਨੂੰ ਕਹਿਣਗੇ। ਤੇ ਕਈ ਸਾਲਾਂ ਬਾਅਦ ਪਤਾ ਲੱਗਦਾ, ਹੁਣ ਜਿੰਨੇ ਵੀ ਗਰੂਮਿੰਗ ਕੇਸ ਇੱਥੇ ਯੂਕੇ ਦੇ ਵਿੱਚ ਹੋਏ ਆ 14-15 ਸਾਲ ਦੇ, ਕਈ ਸ਼ਹਿਰਾਂ ਵਿੱਚ 1400 ਬੱਚੀ, ਟੈਲਫਰਡ ਦੇ 1000 ਬੱਚੀ ਜਿਹਨਾਂ ਦੇ ਕੇਸਾਂ ਵਿੱਚ ਅਸੀਂ ਲੜੇ ਹਾਂ, ਉਸ ਟਾਈਮ 'ਤੇ ਬੱਚੀਆਂ ਨੇ ਜਦੋਂ ਪੁਲਿਸ ਨੇ ਉਹਨਾਂ ਨੂੰ ਅਪਰੋਚ ਕੀਤਾ ਤਾਂ ਬੱਚੀਆਂ ਨੇ ਉਹਨਾਂ ਬਾਰੇ ਕੱਖ ਨਹੀਂ ਦੱਸਿਆ, ਪਰ ਜਦੋਂ ਉਹਨਾਂ ਦੀ ਅਕਲ ਟਿਕਾਣੇ ਆਉਂਦੀ ਆ 5-6 ਸਾਲ ਬਾਅਦ ਦੇ ਵਿੱਚ, ਫਿਰ ਅਸਲੀਆਂ ਕਹਾਣੀਆਂ ਆਉਂਦੀਆਂ ਮੇਰੇ ਸਾਹਮਣੇ, ਜਿੱਦਾਂ ਜਿਹੜੀ ਵੀਡੀਓ ਆਪਾਂ ਦੇਖੀ ਆ ਕਿ 6 ਮਹੀਨੇ ਰੱਖ ਕੇ ਤੇ ਗਾਂ ਫਿਰ ਜਦੋਂ ਪਤਾ ਲੱਗਦਾ ਕਿ ਅਸਲੀ ਉਹਨਾਂ ਦਾ ਔਰ ਇਹ ਹੁੰਦਾ ਹੈ ਬੜਾ ਅੱਛਾ। ਮੈਂ ਤੇ ਉਹਨੂੰ ਕਹਿੰਦੇ ਉਸ ਮੁਲਕ 'ਚ ਰਹਿੰਦੇ, ਉਸ ਮੁਲਕ ਦੇ ਬੰਦੇ ਨੇ ਗਾਂ 'ਚ ਬੋਲ। ਸਾਡੇ ਕੋਲ ਇੱਕ ਫੋਨ ਕਾਲ ਆ ਰਹੀ ਹੈ, ਲੇਕਿਨ ਇਸ ਤੋਂ ਪਹਿਲਾਂ ਮੈਂ ਪ੍ਰੋਡਕਸ਼ਨ ਥੋੜੀ ਬੇਨਤੀ ਕਰਾਂਗਾ ਕਿ ਫੇਸਬੁੱਕ ਤੇ ਸਾਊਂਡ ਨਹੀਂ ਜਾ ਰਹੀ, ਮੇਰੇ ਪਾਸ ਕੰਪਲੇਂਟਸ ਆਈਆਂ ਨੇ ਕੁਝ, ਪਲੀਜ਼ ਉਹ ਚੈੱਕ ਕਰਨਾ। ਕਾਲ ਕੌਣ ਬੋਲਦੇ ਹੋ ਆਪ ਜੀ? ਪਲੀਜ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਸਾਹਿਬ, ਤੁਹਾਨੂੰ ਸਾਰਿਆਂ ਵੀਰਾਂ ਨੂੰ ਗੁਰਦੇਵ ਸਿੰਘ ਘੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੋ। ਹਾਂਜੀ ਡਾਕਟਰ ਸਾਹਿਬ ਜੀ ਜੀ ਬੋਲੋ ਬੋਲੋ। ਹਾਂਜੀ ਭੋਗਲ ਸਾਹਿਬ ਬੋਲੋ ਪਲੀਜ਼। ਅੱਛਾ ਅੱਛਾ ਓਕੇ ਓਕੇ ਓਕੇ, ਮੇਰੇ ਲਾਈਨ ਲੱਗ ਗਿਆ, ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਪਹਿਲਾਂ ਤੁਸੀਂ ਉਹ ਦਿਖਾਈ ਸੀ ਨਾ ਵੀਡੀਓ, ਉਹ ਤੇ ਚਲੋ ਇਹ ਸਾਰਿਆਂ ਨੂੰ ਪਤਾ, ਮੈਂ ਦੁਹਰਾਵਾਂ ਨਾ ਕਿ ਸਮੇਂ ਦੀ ਬੱਚਤ ਹੋ ਜਾਏਗੀ। ਉਹ ਵਾਕਿਆ ਡਰੀ ਹੋਈ ਸਹਿਮੀ ਹੋਈ ਸੀਗੀ ਤੇ ਉਹ ਇਹ ਕਹਿੰਦੇ ਸੀ ਕਿ ਮਰਜ਼ੀ ਨਾਲ ਕੁੜੀ ਆਈ, ਬਿਲਕੁਲ ਨੀ ਮਰਜ਼ੀ ਨਾਲ ਆਈ ਹੈ। ਅੱਛਾ ਜੇ ਇਹ ਮਰਜ਼ੀ ਨਾਲ ਆਈ ਸੀ ਤੇ ਇੱਥੇ ਯੂਕੇ ਦੇ ਵਿੱਚ ਮੋਹਨ ਸਿੰਘ ਹੋਣੀ ਬੈਠੇ ਨੇ, ਇਹਨਾਂ ਨੂੰ 9 ਸਾਲ ਹੋ ਗਿਆ, ਇੱਥੇ ਗਰੂਮਿੰਗ ਹੁੰਦੀ ਹੈ, ਕੜੇ ਪਾ ਕੇ ਬਾਹਰ ਕਾਲਜਾਂ ਸਕੂਲਾਂ ਦੇ ਬਾਹਰ ਖੜ ਜਾਂਦੇ ਸੀਗੇ, ਔਰ ਕਿੰਨੇ ਮੁਸਲਮਾਨਾਂ ਦੇ ਮੁੰਡੇ ਅੰਦਰ ਜੇਲ੍ਹਾਂ ਗਰੁੱਪ। ਤੇ ਡਾਕਟਰ ਸਾਹਿਬ ਤੁਸੀਂ ਇਤਿਹਾਸ ਦੇਖ ਲਓ, ਮੁਗਲਾਂ ਦੇ ਵੇਲੇ ਜਾਂ ਅਹਿਮਦ ਸ਼ਾਹ ਅਬਦਾਲੀ ਵੇਲੇ ਗੱਡਿਆਂ ਦੇ ਗੱਡੇ ਭਰ ਕੇ ਲਿਜਾਂਦੇ ਸੀ, ਉਹ ਕੀ ਸੀ? ਉਹ ਆਪ ਜਾਣੀਆਂ ਸੀ। ਬਿਲਕੁਲ ਬਿਲਕੁਲ, ਉਹ ਇਤਿਹਾਸ ਹੈ ਇਹਦੇ ਵਿੱਚ, ਇਤਿਹਾਸ ਦੀ ਗੱਲ ਵਾ। ਗੱਡਿਆਂ ਦੇ ਗੱਡੇ ਜਾਣ ਵੇਲੇ ਗੱਡਿਆਂ ਦੇ ਗੱਡੇ ਭਰ ਕੇ ਕੁੜੀਆਂ ਦੇ ਲੈ ਕੇ ਜਾਂਦੇ ਸੀ, ਤੇ ਇਹਦੇ ਖਾਲਸਾ ਪੰਥ ਮੋੜਦਾ ਸੀ ਰਸਤੇ 'ਚ, ਉਹਨਾਂ 'ਚ ਖੋਹ ਕੇ ਲੈ ਕੇ ਆਉਂਦੇ ਸੀ। ਯਾਨੀ ਕਿ ਜ਼ਬਰਦਸਤੀ ਜਿਹੜੀ ਹੈ, ਜ਼ਬਰਦਸਤੀ ਇਹਦੇ ਵਿੱਚ ਹੈ, ਪਰ ਪਰਮਾਤਮਾ ਜਾਣਦਾ, ਵਾਹਿਗੁਰੂ ਜਾਣਦਾ ਕਿਉਂ ਆ ਇੱਦਾਂ। ਪਰ ਸਾਰੇ ਕੇਸ ਦੇ ਵਿੱਚ ਇੱਕ ਫੈਕਟ ਆ ਵਿਚ ਇਜ 100% ਕਿ ਰਾਤ ਨੂੰ 7 ਬੰਦਿਆਂ ਨੇ ਜਾ ਕੇ ਬੱਚੀ ਨੂੰ ਘਰੋਂ ਕੱਢ ਕੇ ਲੈ ਕੇ ਗਏ ਆ। ਫੋਰਸਡ ਐਕਸ਼ਨ, ਦੈਟ ਇਜ਼ ਨਾਟ ਰਜ਼ਾ ਮਰਜ਼ੀ ਦੇ ਨਾਲ, ਦੈਟ ਇਜ਼ ਅ ਫੋਰਸਡ ਐਕਸ਼ਨ। ਕੁਛ ਸਾਡੇ ਹੀ ਆਪਣੇ ਬੰਦੇ ਇਸ ਗੱਲ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਉੱਥੋਂ ਦੀ ਸਰਕਾਰ ਦੀ ਫੇਵਰ ਕਰਕੇ, ਇਹਦਾ ਕੀ ਕਾਰਨ ਸੋਚਦੇ ਹੋ ਤੁਸੀਂ? ਇਹਦਾ ਕਾਰਨ ਕੋਈ ਪੋਲੀਟੀਕਲ ਹੋ ਸਕਦਾ, ਜਾਂ ਕੋਈ ਗਵਰਨਮੈਂਟ ਤੋਂ ਕੋਈ ਚੀਜ਼ ਮਿਲਦੀ ਹੋਊਗੀ ਉਸ ਗਵਰਨਮੈਂਟ ਤੋਂ, ਜਾਂ ਕੋਈ ਗਿਫਟ ਮਿਲਦੇ ਹੋਣਗੇ ਉਸ ਚੀਜ਼ ਦੇ ਵਿੱਚ, ਮੈਨੂੰ ਨਹੀਂ ਪਤਾ। ਪਰ ਜੇ ਆਪਾਂ ਇੱਕ ਇਹਦਾ ਕੇਸ ਦੇਖੀਏ, ਜਿਹੜਾ ਬੰਦਾ ਆਪ ਘਰੋਂ ਜਾ ਕੇ ਨਿਕਲਦਾ ਉਹ ਵੱਖਰੀ ਗੱਲ ਆ, ਉਹਦਾ ਤੁਸੀਂ ਡਾਊਟ ਕਰ ਸਕਦੇ ਵੀ ਕੀ ਹੋਇਆ ਕੀ ਨਹੀਂ। ਪਰ ਆਪਣੇ ਜਿੱਥੇ ਸਾਡੀ ਧਰਮ ਦੀ ਗੱਲ ਹੈ, ਉੱਥੇ ਕੀ ਅਸੀਂ ਕਿਸੇ ਹੋਰ ਦੀ ਫੇਵਰ ਕਰ ਸਕਦੇ ਜਿੱਥੇ, ਕਿਉਂਕਿ ਪਹਿਲਾਂ ਸਾਡੇ ਲਈ ਧਰਮ ਹੈ ਜਾਂ ਪਹਿਲਾਂ ਸਾਡੇ ਲਈ ਸਾਡਾ ਇਮਾਨ। ਦੇਖੋ ਜੀ, ਕਈ 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 ਇਨਸਾਨਾਂ ਲਈ ਧਰਮ ਬਾਅਦ ਪੋਲੀਟੀਕਲ ਉਹਨਾਂ ਦੀ ਜਿਹੜੀ ਹੈਗੀ ਮੋਹਰੇ ਆ,
ਉਹ ਆਪਣਾ ਮੁੱਦਾ ਮੂਹਰੇ ਰੱਖਦੇ ਪੋਲੀਟੀਕਲ ਸਮ ਟਾਈਮਸ ਪੀਪਲ ਵਿਲ ਸੈਲ ਦੇ ਫੇਥ ਜਸਟ ਫੋਰ ਗੇਨਿੰਗ ਪੋਲੀਟੀਕਲ ਗੇਨਸ ਆਈ ਡੋਂਟ ਵਾਂਟ ਟੂ ਗੋ ਇਨ ਟੂ ਦੈਟ ਜੇ ਆਪਾਂ ਧਰਮ ਦੀ ਗੱਲ ਕਰੀਏ ਜਿੱਦਾਂ ਹੁਣ ਭਾਈ ਸਾਹਿਬ ਉਹਨਾਂ ਨੇ ਕਿਹਾ ਆ ਕਿ ਇੱਥੇ ਸਾਫ਼ ਨਜ਼ਰ ਆਉਂਦੀ ਆ ਜੇ ਸੱਤ ਬੰਦੇ ਉਹਦੇ ਘਰ ਨਾ ਜਾਂਦੇ ਉਹਨੂੰ ਘਰੋਂ ਨਾ ਲੈ ਕੇ ਦਿੰਦੇ ਇਟ ਮਾਈਟ ਹੈਵ ਬੀਨ ਅ ਡਿਫਰੈਂਟ ਸਟੋਰੀ ਬਟ ਦਿਸ ਇਜ਼ 100% ਫੈਕਟ ਕਿ ਰਾਤ ਨੂੰ ਗਏ ਇੱਕ ਬੀਬੀ ਨੂੰ ਉਹਨਾਂ ਨੇ ਦਰਵਾਜ਼ੇ ਵਿੱਚ ਬੰਦ ਕੀਤਾ ਉਹਦੀਆਂ ਬਾਹਾਂ ਬੂਹਾਂ ਵੀ ਫੜੀਆਂ ਉਹਨੂੰ ਧੱਕੇ ਧੁੱਕੇ ਵੀ ਮਾਰੇ ਤੇ ਇੱਕ ਬੱਚੀ ਨੂੰ ਕੱਢ ਕੇ ਲੈ ਕੇ ਜਾਂਦੇ ਆ ਤੇ ਜਦੋਂ ਵੀ ਉਸ ਘਰ ਕੱਢ ਕੇ ਲੈ ਕੇ ਜਾਂਦੇ ਆ ਉਹ ਸਵੇਰ ਨੂੰ ਜਦੋਂ ਰੌਲਾ ਪੈਂਦਾ ਉਸ ਘਰ ਜਿੰਦੇ ਲੱਗੇ ਹੋਏ ਆ ਸਟ੍ਰੇਟ ਅਵੇ ਉਹ ਕੋਰਟ ਦੇ ਜਾ ਕੇ ਉਹ ਫੈਸਲਾ ਕਰਦੇ ਕਨਵਰਟ ਕਰਦੇ ਨਿਕਾਹ ਕਰਦੇ ਆ ਜੋ ਵੀ ਹੈ ਹਰ ਹਾਲ ਵਿੱਚ ਜ਼ਬਰਦਸਤੀ ਹੋਈ ਇਹ ਜ਼ਬਰਦਸਤੀ ਹੋਈ ਇਸ ਹਰ ਹਾਲ ਵਿੱਚ ਜ਼ਬਰਦਸਤੀ ਮੀਨ ਇੱਥੇ ਤੱਕ ਕਿ ਜਦੋਂ ਜਿਸ ਮੁੰਡੇ ਨੇ ਘਰੋਂ ਚੱਕਿਆ ਉਸ ਮੁੰਡੇ ਦੇ ਘਰ ਗਏ 5 ਵਜੇ ਜਦੋਂ ਉਹਦੀ ਵੱਡੀ ਸਿਸਟਰ ਨੇ ਜਦੋਂ ਖਬਰ ਦਿੱਤੀ 5 ਵਜੇ ਉਹਨੂੰ ਪਛਾਣ ਲਿਆ ਉਹਦੇ ਘਰ ਗਏ ਤੇ ਤਾਲਾ ਲੱਗਿਆ ਫਿਰ ਇੱਕ ਵਿਦ ਇਨ 24 ਆਵਰ ਕੋਰਟ ਦੇ ਵਿੱਚ ਕੇਸ ਲੌਜ ਵੀ ਹੋ ਜਾਂਦਾ ਫਿਰ ਕੋਰਟ ਦੇ ਕੇਸ ਅੱਗੇ ਜਾ ਕੇ ਅਗਲੇ ਦਿਨ ਪ੍ਰੈਜੈਂਟ ਵੀ ਕੀਤਾ ਜਾਂਦਾ ਵੀਡੀਓ ਵੀ ਆ ਜਾਂਦੀ ਹੈ ਨਿਕਾਹ ਵੀ ਹੋ ਜਾਂਦਾ ਤੇ ਕੋਰਟ ਦੇ ਵਿੱਚੋਂ ਕੇਸ ਵੀ ਪ੍ਰੈਜੈਂਟ ਕੀਤਾ ਜਾਂਦਾ ਗਵਾਹ ਵੀ ਭਰੇ ਜਾਂਦੇ ਨੇ ਇਹ ਆਲ ਪ੍ਰੀ ਪਲੈਨਡ ਹੈਗਾ ਤੇ ਫੋਰਸ ਬਾਈ ਫੋਰਸ ਔਰ ਪੈਸਾ ਯੂਜ਼ ਕਰਕੇ ਔਰ ਆਪਣੇ ਅਸਰ ਰਸੂਖ ਨੂੰ ਯੂਜ਼ ਕਰਕੇ ਵਿਦ ਇਨ 24 ਆਵਰ ਜੇ ਮਰਜ਼ੀ ਨਾਲ ਗਈ ਹੈ ਫਿਰ ਤੁਹਾਨੂੰ 24 ਆਵਰ ਕਰਨ ਦੀ ਲੋੜ ਕੀ ਹੈ ਸਾਰਾ ਕੁਝ ਕਰਨ ਦੀ ਮਨ ਸਿੰਘ ਜੀ ਮੈਂ ਕੋਈ ਕਾਲ ਹੈ ਲੇਕਿਨ ਮਨ ਸਿੰਘ ਜੀ ਮੇਰੇ ਕੋਲ ਇੱਕ ਤੁਹਾਡੇ ਲਈ ਕੁਐਸਚਨ ਹੈ ਕਿ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਮੈਂ ਹਰ ਹਾਲਤ ਵਿੱਚ ਪੁੱਛਣਾ ਪਰ ਕਾਲ ਲੈਣ ਤੋਂ ਪਹਿਲਾਂ ਪੁੱਛਾਂਗੇ ਕੁਐਸਚਨ ਮੈਂ ਦੱਸ ਦੇਣਾ ਤੁਹਾਨੂੰ ਤੁਸੀਂ ਸੋਚ ਲੈਣਾ ਕਿ ਤੁਸੀਂ ਇਸ ਲਾਈਨ ਦੇ ਵਿੱਚ 19 ਸਾਲ ਤੋਂ ਤੁਸੀਂ ਇਹ ਕਰ ਰਹੇ ਹੋ ਆਪਣੀ ਬੱਚੀਆਂ ਦੇ ਲਈ ਤੁਸੀਂ ਚਿੰਤਾ ਤੋਰੋ ਤੁਹਾਡੇ ਇਸ ਤਰ੍ਹਾਂ ਦੇ ਕਈ ਕੇਸ ਆਏ ਹੋਣਗੇ ਤੁਹਾਡੀ ਨਜ਼ਰ ਦੇ ਵਿੱਚ ਹੁਣ ਜਦੋਂ ਇੱਕ ਜ਼ਬਰਦਸਤੀ ਬੱਚੀ ਨੂੰ ਚੁੱਕ ਲਿਆ ਗਿਆ ਉਹਨੂੰ ਇਸਲਾਮ ਕਬੂਲ ਕਰਾ ਦਿੱਤਾ ਗਿਆ ਉਹਦਾ ਨਿਕਾਹ ਕਬੂਲ ਕਰ ਦਿੱਤਾ ਗਿਆ ਪਰਵਿੰਦਰ ਸਿੰਘ ਨੇ ਮਸਲਾ ਉਠਾਇਆ ਦੁਨੀਆ ਤੱਕ ਫੈਲ ਗਿਆ ਪ੍ਰੈਸ਼ਰ ਪਿਆ ਉਹਨਾਂ ਨੇ ਮਾਫ਼ੀ ਜੇ ਪ੍ਰੈਸ਼ਰ ਨਾ ਪੈਂਦਾ ਫੇਰ ਔਰ ਜੇ ਪ੍ਰੈਸ਼ਰ ਪਿਆ ਤੇ ਇਹ ਹੋਇਆ ਜੇ ਨਾ ਪ੍ਰੈਸ਼ਰ ਪੈਂਦਾ ਇਸ ਤੋਂ ਪਹਿਲਾਂ ਕਿੰਨੀਆਂ ਬੱਚੀਆਂ ਇਸ ਤਰ੍ਹਾਂ ਹੋ ਚੁੱਕੀਆਂ ਹੋਣਗੀਆਂ ਮੇਰਾ ਪ੍ਰੈਸ਼ਰ ਰਹੇਗਾ ਤੁਹਾਡੇ ਨਾਲ ਸ਼ਾਰਟ ਚ ਗੱਲ ਕਰਿਓ ਕੌਣ ਬੋਲਦੇ ਆਪ ਜੀ ਦੇਖੋ ਮੈਂ ਜ਼ਰੂਰ ਤੁਸੀਂ ਜਿਹੜਾ ਤੁਹਾਡਾ ਡਿਬੇਟ ਚੱਲ ਰਹੀ ਹੈ ਉਹਦੇ ਨਾਲ ਸਹਿਮਤ ਹਾਂ ਪਰ ਕੁਛ ਨਾ ਕੁਛ ਡਾਕਟਰ ਸਾਹਿਬ ਕੁੜੀਆਂ ਦਾ ਮੇਲ ਮਿਲਾਪ ਪਹਿਲੇ ਉਹਨਾਂ ਮੁੰਡਿਆਂ ਨਾਲ ਜ਼ਰੂਰ ਹੁੰਦਾ ਜੀ ਤੇ ਕਦੀ ਵੀ ਕੋਈ ਵੀ ਬੰਦਾ ਜਿਹੜਾ ਨਾ ਇਕਦਮ ਜਾ ਕੇ ਮੇਰੀ ਕੁੜੀ ਕਿਉਂ ਨੀ ਕਿਸੇ ਨਾਲ ਚਲੀ ਗਈ ਤੁਹਾਡੀ ਫਲਾਣੇ ਚਮਕਾਣੇ ਦੀ ਕਿਉਂ ਨੀ ਕਿਸੇ ਨਾਲ ਚਲੀ ਜਿਸ ਮੁਲਕ ਦੇ ਤੁਸੀਂ ਵੀਰ ਜੀ ਜਿਸ ਮੁਲਕ ਦੇ ਵਿੱਚ ਦੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਉਸ ਮੁਲਕ ਦੇ ਵਿੱਚ ਅਕਸਰੀਅਤ ਕਿੱਦਾਂ ਦੀ ਇਹ ਵੀ ਸੋਚ ਕੇ ਚੱਲੋ ਜਿਹੜੀ ਤੁਸੀਂ ਕਦੀ ਵੀ ਦੇਖ ਲੈਣਾ ਹਰੇਕ ਕੁੜੀ ਜਿਹੜੀ ਪਹਿਲੇ ਮੁੰਡੇ ਨਾਲ ਮਾੜਾ ਮੋਟਾ ਦਾ ਜ਼ਰੂਰ ਹੋਏਗਾ ਫਿਰ ਜਦੋਂ ਘਰੋਂ ਪ੍ਰੈਸ਼ਰ ਪੈ ਜਾਏਗਾ ਫਿਰ ਉਹ ਕਹੇਗੀ ਜੀ ਨਹੀਂ ਮੈਂ ਤਾਂ ਨਹੀਂ ਜਾਣਾ ਚਾਹੁੰਦੀ ਸੀ ਪੁਰਾਣੀ ਨਹੀਂ ਜਾਣਾ ਚਾਹੁੰਦੀ ਸੀ ਜਿੱਥੇ ਅੱਗ ਜ਼ਰੂਰ ਧੂੰਆਂ ਉੱਠੇਗਾ ਉੱਥੇ ਅੱਗ ਜ਼ਰੂਰ ਹੋਏਗੀ ਡਾਕਟਰ ਤੁਸੀਂ ਜ਼ਰੂਰ ਦੇਖ ਲੈਣਾ ਆਪਾਂ ਕਵਰ ਕਰ ਚੁੱਕੇ ਹਾਂ ਕਿ ਦੇਖੋ ਗਰੂਮਿੰਗ ਦੇ ਪ੍ਰੋਸੈਸ ਤੋਂ ਬਾਅਦ ਜਿਹੜਾ ਬੱਚਾ ਗਰੂਮ ਹੋ ਰਿਹਾ ਹੁੰਦਾ ਉਹਨੂੰ ਨਹੀਂ ਪਤਾ ਕਿ ਮੈਂ ਗਰੂਮ ਹੋ ਰਿਹਾ ਹੁੰਦਾ ਸੋ ਉਹ ਕਹਿ ਰਹੇ ਨੇ ਪਹਿਲੇ ਚੱਕਰ ਚੱਲਦੇ ਨੇ ਸਾਡੇ ਸਾਦਾ ਲੈਂਗੁਏਜ ਦੇ ਵਿੱਚ ਔਰ ਆਪਣੇ ਦੇਸੀ ਲੈਂਗੁਏਜ ਵਿੱਚ ਉਹਨੂੰ ਕਹਿੰਦੇ ਨੇ ਚੱਕਰ ਮੇਰੇ ਖਿਆਲ ਤੁਹਾਡੇ ਜਵਾਬ ਮਿਲ ਗਿਆ ਹਾਂ ਅਸਲ ਦੇ ਵਿੱਚ ਜਿਹੜੀ ਚੀਜ਼ ਸੀ ਉਹ ਗਰੂਮਿੰਗ ਹੋ ਰਹੀ ਹੁੰਦੀ ਮਨ ਸਿੰਘ ਜੀ ਮੇਰੇ ਸਵਾਲ ਦਾ ਕੀ ਮੈਂ ਕਾਲਸ ਬਹੁਤ ਆ ਰਹੀਆਂ ਨੇ ਪਰ ਮੈਂ ਤੁਹਾਡੇ ਕੋਲ ਜਵਾਬ ਚਾਹਨਾ ਬੜਾ ਇੰਪੋਰਟੈਂਟ ਸਵਾਲ ਹੈ ਮੇਰਾ ਜੇ ਇੱਕ ਵਾਰੀ ਫਿਰ ਰਿਪੀਟ ਕਰ ਦੋ ਪਲੀਜ਼ ਜੀ ਮੈਂ ਸਿਰਫ ਇਹਨਾਂ ਕਹਿਣਾ ਚਾਹਨਾ ਜੀ ਕਿ ਉਸ ਵਕਤ ਇਸ ਤੋਂ ਪਹਿਲਾਂ ਕਿੰਨੀਆਂ ਬੱਚੀਆਂ ਇਸ ਤਰ੍ਹਾਂ ਹੋ ਚੁੱਕੀਆਂ ਹੋਣਗੀਆਂ ਭਾਵੇਂ ਹਿੰਦੂਆਂ ਦੀਆਂ ਨੇ ਘੱਟ ਗਿਣਤੀ ਕਿਸੇ ਦੀਆਂ ਵੀ ਨੇ ਸਿੰਧੀ ਪਰਿਵਾਰ ਬੜੇ ਨੇ ਔਰ ਐਸਾ ਹੋਇਆ ਸਾਨੂੰ ਪਤਾ ਹੈ ਇਹ ਤਾਂ ਹੁਣ ਪਰਵਿੰਦਰ ਸਿੰਘ ਹੁਣਾਂ ਨੇ ਇੱਕ ਉਠਾ ਦਿੱਤਾ ਮਸਲਾ ਅਕਾਲ ਚੈਨਲ ਨੇ ਕਵਰ ਕੀਤਾ ਗੱਲ ਸਾਰੇ ਪਾਸੇ ਫੈਲ ਗਈ ਸਾਰੇ ਹਰਕਤ ਵਿੱਚ ਆ ਗਏ ਇੱਕ ਪ੍ਰੈਸ਼ਰ ਪੈ ਗਿਆ ਉੱਥੋਂ ਦੀ ਗਵਰਨਮੈਂਟ ਦੇ ਉੱਤੇ ਤੇ ਉਹ ਵੀ ਹਰਕਤ ਵਿੱਚ ਆ ਗਈ ਅਨਿਆ ਮੈਂ ਕਿਹਾ ਜੇ ਨਾ ਪ੍ਰੈਸ਼ਰ ਪੈਂਦਾ ਤਾਂ ਫਿਰ ਕਿੰਨੀਆਂ ਸਾਡੀਆਂ ਸਿੱਖ ਬੱਚੀਆਂ ਉੱਥੇ ਹੋ ਰਹੀਆਂ ਨੇ ਇਹ ਮੈਂ ਜਵਾਬ ਚਾਹੁੰਦਾ ਤੁਹਾਡਾ ਤਜਰਬਾ ਕੀ ਕਹਿੰਦਾ ਸਿੰਪਲ ਹੈ 1947 ਦੇ ਚ ਪਾਰਟੀਸ਼ਨ ਹੋਇਆ ਸੀ ਉਸ ਵੇਲੇ ਤੁਸੀਂ ਸਿੱਖ ਤੇ ਹਿੰਦੂ ਪੋਪੂਲੇਸ਼ਨ ਦਾ ਨੰਬਰ ਦੇਖ ਲਿਓ ਤੇ ਅੱਜ ਤੁਸੀਂ ਸਿੱਖ ਦਾ ਤੇ ਹਿੰਦੂ ਦਾ ਪੋਪੂਲੇਸ਼ਨ ਦੇਖ ਲਿਓ ਤੇ ਤੁਹਾਨੂੰ ਕੱਲੀ ਇੱਕ ਬੱਚੀ ਨਹੀਂ ਦੋ ਬੱਚੀਆਂ ਨਹੀਂ ਇੱਥੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਬੱਚੀਆਂ ਮੈਂ ਹੀ ਪ੍ਰੈਸ਼ਰ ਪੁੱਛਿਆ ਨਾ ਇੱਥੇ ਹੁਣ ਪ੍ਰੈਸ਼ਰ ਪਿਆ ਤੇ ਸਾਡੀ ਬੱਚੀ ਵਾਪਸ ਆ ਗਈ ਜਾਂ ਆ ਰਹੀ ਹੈ ਜਾਂ ਆ ਜਾਏਗੀ ਜੇ ਹਲੇ ਤੱਕ ਆਈ ਨਹੀਂ ਹੈ ਜੇ ਪ੍ਰੈਸ਼ਰ ਨਾ ਪੈਂਦਾ ਜੇ ਮਸਲਾ ਨਾ ਉੱਠਦਾ ਜੇ ਪਬਲਿਕਲੀ ਗੱਲ ਨਾ ਹੁੰਦੀ ਜੇ ਇੱਕਦਮ ਫੈਲ ਨਾ ਜਾਂਦੀ ਗੱਲ ਫਿਰ ਤਾਂ ਬੱਚੀ ਗਈ ਸੀ ਸਾਡੀ ਨਹੀਂ ਜਿੱਦਾਂ ਆਪਣੇ ਹਿੰਦੂਆਂ ਦੀਆਂ ਬੱਚੀਆਂ ਦੀ ਵੀ ਬਹੁਤ ਕਹਾਣੀਆਂ ਸੁਣੀਆਂ ਤੁਸੀਂ ਆਪਣੇ ਕੋ ਮੰਡੀ ਆ ਲਾਹੌਰ ਦੇ ਵਿੱਚ ਜਦੋਂ ਆਪਣੇ ਹੀਰਾ ਮੰਡੀ ਜਿੱਥੇ ਯਾਤਰੂ ਜਾਂਦੇ ਆ ਤੇ ਕੁੜੀਆਂ ਨੇ ਕਈ ਚਿੱਠੀਆਂ ਸਾਡੇ ਕੋਲ ਮੁੜ ਕੇ ਆਈਆਂ ਜਿਹੜੀਆਂ ਇੱਥੋਂ ਲੈ ਕੇ ਅੰਡਰ ਪਰਟੈਂਸ ਵੀ ਆਪਾਂ ਤੁਹਾਨੂੰ ਆਪਣਾ ਬੈਕਗ੍ਰਾਉਂਡ ਦਿਖਾ ਲੈਣਾ ਆਹ ਦਿਖਾ ਲੈਣਾ ਫੈਮਿਲੀ ਨੂੰ ਮਿਲਾਉਣਾ ਤੇ ਮੁੜ ਕੇ ਪਾਸਪੋਰਟ ਲੈ ਜਾਂਦੇ ਤੇ ਮੁੜ ਕੇ ਉਹ ਦਿਸਦੀਆਂ ਹੀ ਨਹੀਂ 10-10 12-12 ਸਾਲ ਹਾਂਜੀ ਸੋ ਇਹ ਜੇ ਆਪਾਂ ਇੱਕ ਫਿਗਰ ਹੀ ਦੇਖ ਲਈਏ ਕਿ ਕਿੱਥੇ ਸਿੱਖੀ ਸੀਗੀ 1947
ਦਾ ਜਵਾਬ ਨਹੀਂ ਦੇ ਰਹੇ ਜਿਹੜਾ ਪ੍ਰੈਸ਼ਰ ਤੁਹਾਡੇ ਕੋਲ ਪੁੱਛ ਰਿਹਾ। ਜੇ ਪ੍ਰੈਸ਼ਰ ਨਾ ਪੈਂਦਾ ਫਿਰ, ਹਾਂਜੀ, ਜੇ ਪ੍ਰੈਸ਼ਰ ਨਾ ਪੈਂਦਾ ਤੇ ਫੇਰ ਇਸ ਬੱਚੀ ਦਾ ਆਪਾਂ ਨੂੰ ਆਹਾ ਇਹਨਾਂ ਨੇ ਇਸ ਲੈਵਲ ਤੇ ਵੀ ਨਹੀਂ ਸੀ ਆਉਣਾ, ਗਵਰਨਮੈਂਟ ਲੈਵਲ ਤੇ ਨਹੀਂ ਆਉਣਾ। ਸਹਿਮਤ ਹੋ ਨਾ ਇਸ ਗੱਲ ਨਾਲ? ਬਿਲਕੁਲ ਜੀ, ਪ੍ਰੈਸ਼ਰ ਔਰ ਇਸ ਦੇ ਵਿੱਚ ਪਤਾ ਇੱਕ ਚੀਜ਼ ਨੋਟ ਕਰ, ਮਤਲਬ ਸਾਡਾ ਪ੍ਰੈਸ਼ਰ ਹੈ ਨਾ ਇਸ ਵਕਤ ਜੇ ਪ੍ਰੈਸ਼ਰ ਪਿਆ ਔਰ ਜੇ ਅਸੀਂ ਏਜੀਆ ਦਾ ਨੋਟ ਕਰ ਦੇ ਤੌਰ ਪਰ ਸਾਡਾ ਪ੍ਰੈਸ਼ਰ ਇੰਨਾ ਹੋ ਜਾਵੇ ਕਿ ਅੱਗੋਂ ਤੋਂ ਕੋਈ ਜੁੜ ਜੇ ਨਾ। ਦੂਜੀ ਗੱਲ ਇਹ ਆ, ਮੈਂ ਕਹਿਣਾ ਚਾਹੁੰਦਾ ਕਿ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆ ਤੇ ਇਸ ਗਵਰਨਮੈਂਟ ਨੇ ਇਮਰਾਨ ਖਾਨ ਹੋਣਾ ਨੇ, ਦੇਰ ਇਜ਼ ਬੀਨ ਅ ਲੋਟ ਆਫ ਇਨਵੈਸਟਮੈਂਟ ਇਨ ਦੈਟ ਕੰਟਰੀ ਰਾਈਟ ਨਾਓ ਬਿਕੋਜ਼ ਵੀ ਆਰ ਐਕਸਪੈਕਟਿੰਗ ਹਾਫ ਅ ਮਿਲੀਅਨ ਸਿੱਖਸ ਟੂ ਐਂਡ ਅਪ ਇਨ ਪਾਕਿਸਤਾਨ। ਬੜੀ ਕ੍ਰੋਮਿਸ ਆਰ ਦੇ ਗੋਇੰਗ ਟੂ ਲੂਜ਼ ਅ ਬਿਲੀਅਨ ਪਾਉਂਡ ਓਵਰ ਵਨ ਈਅਰ। ਦਿਸ ਇਜ਼ ਵਾਟ ਐਕਚੁਅਲੀ ਆਮ ਸੇਇੰਗ, ਇਹੀ ਗੱਲ ਪਰਿੰਦ ਮੈਂ ਉਸ ਨੂੰ ਲੱਗਦਾ ਹੋਰ ਇੱਕ ਚੀਜ਼ ਜਿਹੜੀ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਫੈਕਟਸ ਨੂੰ ਗੱਲ ਦੱਸਣਾ ਸਾਨੂੰ ਪਤਾ ਹੋਣਾ ਚਾਹੀਦਾ ਹੁੰਦਾ ਕੀ ਇਹ ਪਿਛਲੇ 3 ਸਾਲ ਦੇ ਵਿੱਚ ਸਾਡੇ ਨਾਲ 4 ਕੇਸਿਸ ਹੋਏ ਨੇ ਇਸ ਤਰ੍ਹਾਂ ਦੇ। ਪਿਸ਼ਾਵਰ ਦੇ ਵਿੱਚ 2 ਕੇਸਿਸ ਹੋਏ ਨੇ, ਜਿਹੜਾ ਇੱਕ ਆਪਾਂ ਵਾਪਸ ਲੈ ਚੁੱਕੇ ਹਾਂ, ਇੱਕ ਨਹੀਂ ਆਈ ਕੁੜੀ। ਉਹ ਜਿਹੜੀ ਵਾਪਸ ਆਈ ਉਹ ਇਸ ਰਿਆਜ਼ ਨਾਲ ਆਈ ਹੈ ਕਿਉਂਕਿ ਮੈਰਿਡ ਕੁੜੀ ਨੂੰ ਚੱਕਿਆ ਗਿਆ ਸੀਗਾ ਤੇ ਕੁੜੀ ਨੇ ਕੋਰਟ ਦੇ ਵਿੱਚ ਵੀ ਕਹਿਤਾ ਤੇ ਕੋਰਟ ਨੇ 2 ਚੀਜ਼ਾਂ ਨੂੰ ਸਾਹਮਣੇ ਰੱਖਿਆ, ਉਹਦਾ ਫੈਸਲਾ ਕੀਤਾ ਸਾਨੂੰ ਵਾਪਸ ਦੇਤਾ। ਇੱਕ ਕਿ ਮੁਸਲਮਾਨ ਨੂੰ ਕਹਿਤਾ ਕਿਵੇਂ ਹੋ ਸਕਦਾ ਇੱਕ ਬੰਦੀ ਆਲਰੇਡੀ ਕਿਸੇ ਦੇ ਵੀ ਨਿਕਾਹ ਵਿੱਚ ਹੈ ਆਲਰੇਡੀ, ਤੁਸੀਂ ਕਿਵੇਂ ਨਿਕਾਹ ਦੇ ਵਿੱਚ ਉਹਨੂੰ ਲੈ ਸਕਦੇ ਹੋ? ਕੋਰਟ ਨੇ ਉਹਨਾਂ ਦਾ ਨਿਕਾਹ ਅਵੋਇਡ ਕਰਤਾ ਤੇ ਪਲੱਸ ਅਵੋਇਡ ਕਰਤਾ, ਇਹ ਅੱਜ ਤੋਂ 2 ਸਾਲ ਪਹਿਲਾਂ ਦੀ ਸਾਲ ਪਹਿਲਾਂ ਦੀ ਗੱਲ ਹੈ। ਤੇ ਉਹ ਦੂਜਾ ਕੁੜੀ ਨੇ ਕੋਰਟ ਦੇ ਵਿੱਚ ਇਹ ਵੀ ਗਵਾਹੀ ਭਰੀ ਕਿਉਂਕਿ ਉਹਨਾਂ ਨੂੰ ਪਤਾ ਚੱਲ ਗਿਆ ਰਿਐਲਿਟੀ ਦਾ ਕਿ ਨਹੀਂ ਇਹ ਕਹਾਣੀ ਗਲਤ ਹੈ, ਫਿਰ ਉਹਨੇ ਗਵਾਹੀ ਭਰਦੀ ਕਿ ਮੈਂ ਵਾਪਸ ਜਾਣਾ। ਬਟ ਇਹ ਕੁੜੀ ਸਾਨੂੰ ਅੱਜ ਵੀ ਨਹੀਂ ਮਿਲੀ। ਬਟ ਜਿਹੜਾ ਮੈਂ ਪੁਆਇੰਟ ਦੱਸਣਾ ਚਾਹੁੰਦਾ ਹਾਂ, ਸਿੰਧ ਦੇ ਵਿੱਚੋਂ ਆਏ ਰੋਜ਼ ਇਹ ਗੱਲਾਂ ਵਾਪਰਦੀਆਂ ਨੇ, ਔਰ ਸਿੱਖਾਂ ਦੇ ਨਾਲ ਵੀ ਕਈ ਜਿਹੜੀ ਇੱਕ ਗੱਲ ਵਾਪਰੀ ਹੈ, ਸਾਡੇ ਹੋਰ ਵੀ ਇੱਕ ਰਿਸ਼ਤੇਦਾਰ ਨੇ। ਲੇਕਿਨ ਫੈਮਿਲੀ ਤੇ ਬੜਾ ਡਿਪੈਂਡ ਕਰਦਾ ਕਿ ਕੋਈ ਆਵਾਜ਼ ਚੱਕਣਾ ਚਾਹੁੰਦਾ ਕਿ ਨਹੀਂ ਚੱਕਣਾ ਚਾਹੁੰਦਾ। ਬਿਲਕੁਲ, ਮੈਂ ਇਸ ਚੀਜ਼ ਨੂੰ ਵੈਲਿਡ ਸਮਝਿਆ ਕਿ ਨਹੀਂ, ਵੀ ਨੀਡ ਟੂ ਰੇਜ਼ ਦ ਵੌਇਸ ਐਂਡ ਵੀ ਨੀਡ ਟੂ ਲੈਟ ਦ ਵੌਇਸ ਕੀਤੀ ਔਰ ਤੁਹਾਡੀ ਇਸ ਵੌਇਸ ਨੇ ਅਸਰ ਵੀ ਕੀਤਾ। ਮਨਸੀ ਜੀ, ਆਪਾਂ ਨੂੰ ਫਿਰ ਇਹਦਾ ਮਤਲਬ ਉੱਥੇ ਵੀ ਹੁਣ ਪੈਰ ਵੀ ਕਰਨੀ ਪਏਗੀ। ਇੱਕ ਕਾਲ ਲੈਣੇ ਸੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਹੈਲੋ, ਹਾਂਜੀ, ਕੌਣ ਬੋਲਦੇ ਹੋ ਆਪ ਜੀ? ਮੈਂ ਦਿਲਬਾਗ ਸਿੰਘ ਬੋਲਦਾ ਜੀ। ਦਿਲਬਾਗ ਸਿੰਘ ਸਾਹਿਬ, ਕੀ ਕਹਿਣਾ ਚਾਹੋਗੇ? ਮੈਂ ਚਾਹੁੰਦਾ ਕਿ ਜਿਹੜੇ ਅੱਗੇ ਵੀ ਪ੍ਰੋਗਰਾਮ ਆਏ ਆ ਤੇ ਜਿਹੜੇ 30-35 ਸਾਲ ਦੇ ਮੁਸਲਿਮ ਨਿਆਣੇ ਆ, ਮੁਸਲਿਮ ਬੰਦੇ ਆ, ਉਹ ਗਰੂਮੀ ਕਰਦੇ ਸਿੱਖ ਕੁੜੀਆਂ ਦੇ, ਸੋਨਾ ਕਾਰਾ ਕੁੜੀਆਂ ਦੇ ਸਾਹ ਦੇ ਜੀ ਜੀ, ਪਰ ਉਹਨਾਂ ਦੇ ਮੌਲਵੀ ਸਾਰੇ ਵੀ ਅੱਜ ਦੀ ਆਏ ਹੋਏ ਕਹਿੰਦੇ ਅਸੀਂ। ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ, ਤੁਸੀਂ ਇਸ ਤਰ੍ਹਾਂ ਕਰਿਓ, ਕੋਈ ਲੈਂਡ ਲਾਈਨ ਤੋਂ ਮਿਲਾਓ ਪਲੀਜ਼, ਮੋਬਾਈਲ ਤੋਂ ਮਿਲਾ ਰਹੇ ਹੋ ਸ਼ਾਇਦ ਤੁਸੀਂ? ਜਿਸ ਤਰ੍ਹਾਂ ਭਾਈ ਮੋਹਨ ਸਿੰਘ ਜੀ ਕੰਮ ਕਰ ਰਹੇ ਨੇ, ਮੈਂ ਸਿੰਘ ਸਭਾ ਸਾਊਥਾਲ ਲੰਮਾ ਸਮਾਂ ਸੇਵਾ ਕੀਤੀ ਹੈ, ਔਰ ਇਹਨਾਂ ਦਾ ਸਾਰੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸਹਿਯੋਗ ਦੇਣਾ ਚਾਹੀਦਾ, ਹਰ ਗੁਰਦੁਆਰੇ ਦੇ ਵਿੱਚ ਇਹਨਾਂ ਦੇ ਯੂਨਿਟ ਹੋਣੇ ਚਾਹੀਦੇ ਆ। ਜਿਸ ਤਰ੍ਹਾਂ ਇਹ ਕੰਮ ਕਰ ਰਹੇ ਨੇ, ਭਾਈ ਰਵੀ ਸਿੰਘ ਖਾਲਸਾ ਜੀ ਆਪਣਾ ਕੰਮ ਕਰ ਰਹੇ ਨੇ, ਖਾਲਸਾ ਏਡ ਵਾਲੇ, ਸਿੱਖ ਰਿਲੀਫ ਫੰਡ ਵਾਲੇ ਆਪਣਾ ਕੰਮ ਕਰ ਰਹੇ ਨੇ, ਮਿਸ਼ਨਰੀ ਜਥੇਬੰਦੀਆਂ, ਸਟੱਡੀ ਸਰਕਲ, ਬੱਚਿਆਂ ਦੇ ਇਮਤਿਹਾਨ ਦਿੰਦੀਆਂ, ਸੋ ਸਿੱਖ ਅਵੇਅਰਨੈਸ ਦੇ ਪ੍ਰੋਗਰਾਮ ਅਵਲ ਤਾਂ ਮੈਂ ਕਹਿੰਦਾ ਰੋਜ਼ ਹੀ ਇੱਦਾਂ ਦਾ ਟੋਪਿਕ ਹੋਣਾ ਚਾਹੀਦਾ ਵੱਡੇ ਗੁਰਦੁਆਰਿਆਂ ਦੇ ਵਿੱਚ, ਨਹੀਂ ਤੇ ਘੱਟੋ ਘੱਟ ਹਫ਼ਤੇ ਬਾਅਦ ਇਹਨਾਂ ਦੇ ਲੈਕਚਰ ਹੋਣੇ ਚਾਹੀਦੇ ਆ, ਇਹ ਅੱਗੇ ਆਪਣੇ ਪ੍ਰਚਾਰਕਾਂ ਨੂੰ ਤਿਆਰ ਕਰਨ। ਆਪਣੇ ਧਰਮ ਦੇ ਨਾਲ ਨਾਲ ਦੂਸਰੇ ਧਰਮਾਂ ਦੀ ਵੀ ਜਾਣਕਾਰੀ ਸਾਡੇ ਬੱਚਿਆਂ ਨੂੰ ਮਿਲਣੀ ਚਾਹੀਦੀ ਆ, ਵੱਧ ਤੋਂ ਵੱਧ ਅਸੀਂ ਆਪਣੇ ਬੱਚਿਆਂ ਨੂੰ ਗੁਰਮਤਿ ਕਲਾਸਾਂ ਦੇ ਵਿੱਚ ਲੈ ਕੇ ਆਈਏ, ਉਹਨਾਂ ਨੂੰ ਅਵੇਅਰ ਕਰੀਏ, ਇਹ ਬਹੁਤ ਜ਼ਿਆਦਾ ਜ਼ਰੂਰਤ ਆ। ਘਰ ਦੇ ਵਿੱਚੋਂ ਵੀ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਮਿਲੇ ਔਰ ਗੁਰਦੁਆਰਿਆਂ ਦੇ ਵਿੱਚੋਂ ਵੀ ਮਿਲੇ। ਜੀ ਮਾਨਸੀ ਜੀ, ਮੈਂ ਬਹੁਤ ਸ਼ਾਰਟ ਚ ਸਵਾਲ ਪੁੱਛਦਾ ਤੁਹਾਨੂੰ, ਫਿਰ ਦੇਣਾ ਟਾਈਮ। ਭੱਟੀ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਕੀ ਤੁਹਾਨੂੰ ਕਦੀ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਸਾਡੀਆਂ ਜਥੇਬੰਦੀਆਂ ਜਾਂ ਸਿੰਘ ਸਭਾਵਾਂ ਤੁਹਾਡੇ ਰਸਤੇ ਵਿੱਚ ਰੁਕਾਵਟ ਬਣੀਆਂ? ਦੇਖੋ ਜੀ, ਕਈ ਜਿਹੜੀ ਹਾਂਜੀ ਕਈ ਗੁਰਦੁਆਰਾ ਸਾਹਿਬ ਜਿਹੜੇ ਆ ਉਹ ਜਿਹੜੀ ਕੱਕੇ ਟੌਪਿਕ ਜਿਹੜਾ ਬਹੁਤ ਹੌਟ ਆ ਨਾ, ਹਾਰਡ ਟੂ ਡਾਈਜੈਸਟ, ਇਹ ਕੌੜਾ ਸੱਚ ਆ। ਡਰਦੇ ਹੋ? ਹਾਂਜੀ ਡਰਦੇ ਆ ਕਈ, ਤੇ ਜੇ ਹੁਣ ਜਿੱਦਾਂ ਕੋਈ ਟਰਸਟੀ ਆ ਗੁਰਦੁਆਰੇ ਦਾ, ਜੇ ਉਹਦੇ ਬੱਚੇ ਦੇ ਨਾਲ ਹੋਈ ਹੋਵੇ ਤਾਂ ਉਹਨੇ ਤੁਹਾਨੂੰ ਗੱਲ ਹੀ ਨਹੀਂ ਕਰਨ ਦੇਣੀ, ਉਹਦਾ ਆਪਣਾ ਢਿੱਡ ਨੰਗਾ ਹੁੰਦਾ। ਇਹ ਆਪਣਾ ਢਿੱਡ ਨਹੀਂ ਨੰਗਾ ਕਰਨ ਦੀ ਗੱਲ, ਇਹ ਆਪਾਂ ਯੂਨੈਟਲੀ ਕਹਿੰਦੇ ਹਾਂ ਕਿ ਸਾਡੇ ਬੱਚੇ ਬੱਚੀਆਂ ਨੂੰ ਗਿਆਨ ਹੋਵੇ, ਸਾਡੇ ਮਾਪਿਆਂ ਨੂੰ ਗਿਆਨ ਹੋਵੇ ਕਿ ਬੱਚੀ ਦਾ ਮਾੜਾ ਆ ਵੀ, ਜਿੱਦਾਂ ਆਪਾਂ ਤੁਸੀਂ ਪਹਿਲਾਂ ਕੁਐਸਚਨ ਪੁੱਛਿਆ ਸੀ ਵੀ ਮਾਪਿਆਂ ਨੂੰ ਕਿਉਂ ਨਹੀਂ ਸਪੋਰਟ ਕਰਦੇ, ਅਸੀਂ ਇੱਕ 10 ਵੀਕ ਦਾ ਕੋਰਸ ਕਰਦੇ ਮਾਪਿਆਂ ਲਈ, ਜਿੱਥੇ ਮਾਪਿਆਂ ਨੂੰ ਦੱਸਿਆ ਜਾਂਦਾ ਵੀ ਜੇ ਜਿਹੜਾ ਰੈੱਡ ਫਲੈਗਸ ਕਿ ਬੱਚੇ ਦੀ ਜ਼ਿੰਦਗੀ ਵਿੱਚ ਮਾੜੀ ਇਹ ਵੀ ਤਬਦੀਲੀ ਆ ਜਾਵੇ ਤੇ ਉਹ ਜੇ ਤੁਸੀਂ ਅਵੇਅਰ ਆ ਬੱਚੇ ਦਾ ਤਾਂ ਤੁਸੀਂ ਉਹਦਾ ਪਤਾ ਕਰੋ ਕਿ ਇਹ ਚੇਂਜ ਕਾਹਤੋਂ ਆਇਆ।
गुरुद्वारियां दे विचों वध तों वध प्रोग्राम होने चाहिए ने। मैं एक चीज सारी संगत नूं पूरी दुनिया दी सिखां नूं एक चीज एक बड़ा वैलिड पॉइंट दसना चाहुंदा सोचण इस चीज ते ਸਾਡੇ ਗੁਰਦੁਆਰਿਆਂ ਦੀ ਕਮੀ ਕੀ ਹੈ ਪਤਾ ਪਿਛਲੇ 200 ਜਾਂ 250 ਸਾਲ ਜਾਂ 150 ਸਾਲ ਤੋਂ ਇੱਕ ਚੱਲਦਾ ਪ੍ਰਥਾ ਚੱਲਦੀ ਆ ਰਹੀ ਹੈ ਕਿ ਸਾਡੇ ਗੁਰਦੁਆਰੇ ਦੇ ਵਿੱਚ ਦੋ ਤਰ੍ਹਾਂ ਦੀ ਇਬਾਦਤਾਂ ਹੁੰਦੀਆਂ ਨੇ ਕੀਰਤਨ ਤੇ ਕਥਾ ਬੱਚਿਆਂ ਨੂੰ ਖੁਰਾਕ ਨਹੀਂ ਦਿੱਤੀ ਜਾ ਰਹੀ ਹੈ ਗੁਰਮਤਿ ਦੀ ਕਿਵੇਂ ਹੋ ਸਕਦਾ ਹੈ ਕਿ 50 ਸਾਲ ਵਾਲਾ ਵੀ ਉਹੀ ਕਥਾ ਸੁਣ ਰਿਹਾ ਹੈ 10 ਸਾਲ ਵਾਲਾ ਬੱਚਾ ਵੀ ਉਹੀ ਕਥਾ ਸੁਣ ਰਿਹਾ ਹੈ ਜਿਹੜਾ 15 ਸਾਲ ਤੋਂ ਗੁਰਦੁਆਰੇ ਆ ਰਿਹਾ ਉਹ ਵੀ ਉਹੀ ਕਥਾ ਸੁਣ ਰਿਹਾ ਜਿਸਦਾ ਪਹਿਲਾ ਦਿਨ ਹੈ ਉਹ ਵੀ ਉਹੀ ਕਥਾ ਸੁਣ ਰਿਹਾ ਹੈ ਆਈ ਡੋਂਟ ਨੋ ਗੁਰਮਤ ਨੂੰ ਕਿਵੇਂ ਫੀਡ ਕਰਾ ਰਿਹਾ ਲੋਕਾਂ ਦੀ ਮੈਨੂੰ ਤਾਂ ਸਿੱਖਾਂ ਦੀ ਮੈਂ ਕਹਿ ਰਿਹਾ ਮੈਨੂੰ ਤਾਂ ਸਿੱਖਾਂ ਦੀ ਪਲੈਨਿੰਗ ਤੇ ਔਰ ਸਿੱਖਾਂ ਦੀ ਵੇ ਆਫ ਵਰਸ਼ਿਪ ਤੇ ਮੈਨੂੰ ਹਾਸਾ ਆ ਰਿਹਾ ਹੈ ਬਹੁਤ ਵੈਲਿਡ ਪੁਆਇੰਟ ਹੈ ਤੁਹਾਡਾ ਕਿਉਂ ਨਾ ਦੇਖੋ ਇਹਨੂੰ ਮੈਂ ਬਾਰ-ਬਾਰ ਇਹ ਪੁਆਇੰਟ ਰੇਜ਼ ਵੀ ਕਰ ਚੁੱਕਿਆ ਹਾਂ ਯਾਦ ਰੱਖਿਓ ਮੁਸਲਮਾਨਾਂ ਦੇ ਵਿੱਚ ਇਹ ਚੀਜ਼ ਧਰਮ ਦੀ ਜਿਹੜੀ ਨੌਲੇਜ ਹੈ ਉਹ ਸਾਡੇ ਤੋਂ ਜ਼ਿਆਦਾ ਕਿਉਂ ਹੈ ਜਾਂ ਬਾਕੀ ਧਰਮਾਂ ਦੇ ਵਿੱਚ ਕਿਉਂ ਹੈ ਉਹਨਾਂ ਨੂੰ ਬਾਕਾਇਦਾ ਕੋਰਸਿਸ ਕਰਾਏ ਜਾਂਦੇ ਨੇ ਬੱਚਿਆਂ ਨੂੰ 5 ਸਾਲ ਦੇ ਬੱਚੇ ਦਾ ਕੋਈ ਹੋਰ ਕੋਰਸ ਹੁੰਦਾ 10 ਸਾਲ ਦੇ ਬੱਚੇ ਦਾ ਪ੍ਰੋਪਰ ਕੋਰਸ ਹੁੰਦਾ 15 ਸਾਲ ਤੱਕ ਉਹਨਾਂ ਨੂੰ ਬਾਕਾਇਦਾ ਕੁਰਾਨ ਦੀ ਪੂਰੀ ਨੌਲੇਜ ਦਿੱਤੀ ਜਾਂਦੀ ਹੈ ਕ੍ਰਿਸਚਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੁਝ ਗੱਲਾਂ ਖਾਸ ਖਾਸ ਆਰਗੇਨਾਈਜੇਸ਼ਨ ਜਿਹੜੇ ਖਾਸ ਕਰ ਕੈਥੋਲਿਕ ਆਰਗੇਨਾਈਜੇਸ਼ਨ ਨੇ ਉਹਨਾਂ ਦੇ ਵਿੱਚ ਚੀਜ਼ ਬੜੀ ਆਮ ਹੈਗੀ ਹੈ ਸਾਡੇ ਤਾਂ ਬੱਚਿਆਂ ਨੂੰ 20-20 ਸਾਲ ਤੱਕ ਇਹ ਪਤਾ ਨਹੀਂ ਆਉਂਦਾ ਜਪਜੀ ਸਾਹਿਬ ਕਿਹੜੀ ਬਾਣੀ ਦਾ ਨਾਮ ਹੈ ਜਪਜੀ ਸਾਹਿਬ ਦੀ ਗੱਲ ਕਰਦਾ ਅਸੀਂ ਇੱਕ ਕੇਸ ਤੇ ਗਏ ਤੇ ਬੀਬੀ ਨੂੰ ਕਿਹਾ ਵੀ ਤੂੰ ਭੈਣ ਜੀ ਤੁਸੀਂ ਮੂਲ ਮੰਤਰ ਪੜ੍ਹਿਆ ਕਰੋ ਥੋੜੀ ਜਿਹੀ ਘਰ ਦੀ ਸ਼ਾਂਤੀ ਹੋਈ ਉਹ ਕਹਿੰਦੀ ਭਾਈ ਸਾਹਿਬ ਵਟ ਇਜ਼ ਮੂਲ ਮੰਤਰ ਸਾਡੇ ਬੱਚਿਆਂ ਨੂੰ ਘੱਟੋ ਘੱਟ ਜਿਹੜਾ 2 ਸਾਲਾ ਕੋਰਸ ਹੈ ਸਿੱਖ ਧਰਮ ਦਾ ਸਿੱਖ ਧਰਮ ਦੀ ਜਾਣਕਾਰੀ ਉਹ ਹੋਣੀ ਚਾਹੀਦੀ ਆ ਠੀਕ ਹੈ ਨਾ ਸਿੱਖ ਇਤਿਹਾਸ ਸਿੱਖ ਰਹਿਤ ਮਰਿਆਦਾ ਗੁਰੂ ਗ੍ਰੰਥ ਪੰਥ ਸਾਰੀ ਜਾਣਕਾਰੀ ਜਿਹੜੀ ਆ ਉਹ ਬਚਪਨ ਤੋਂ ਹੀ ਦੇਣੀ ਚਾਹੀਦੀ ਜਿਸ ਤਰ੍ਹਾਂ ਦੂਸਰੇ ਧਰਮ ਦਿੰਦੇ ਸੋਰੀ ਬੈਬਰ ਸਿੰਘ ਜੀ ਸ਼ਾਰਟ ਚ ਆਪਣੀ ਗੱਲ ਸਮਾਪਤ ਕਰਿਓ ਕਿਉਂਕਿ ਸਾਡੇ ਕੋਲ ਸਮਾਂ ਸਮਾਪਤ ਹੈ ਸ਼ਾਰਟ ਚ ਕੀ ਕਹਿਣਾ ਚਾਹੋਗੇ ਆਖਰ ਚ ਨਿਚੋੜ ਕੀ ਕਰਦੇ ਮੈਂ ਤੇ ਇੱਕ ਕਹਿਣਾ ਚਾਹੁੰਦਾ ਵੀ ਸਿੱਖ ਸੰਗਤ ਨੂੰ ਜਾਗਣਾ ਚਾਹੀਦਾ ਜਿਵੇਂ ਮਹਾਰਾਜ ਸਾਨੂੰ ਕਹਿੰਦੇ ਆ ਕਿ ਜਾਗ ਲਹਿ ਹੋ ਰੇ ਮਨਾ ਜਾਗ ਲਹਿ ਕਾਹਾਂ ਗਾਫਿਲ ਸੋਏਗਾ ਕਿ ਜੇ ਸੁੱਤੇ ਰਹਿ ਗਏ ਆ ਜਿਹੜਾ ਨੁਕਸਾਨ ਹੋ ਰਿਹਾ ਆਪਾਂ ਕਦੀ ਨਹੀਂ ਇਹਦਾ ਪੂਰਾ ਭਰ ਸਕਦੇ ਇੱਕ ਇੱਕ ਬੱਚੀ ਜਿਹੜੀ ਹੈ ਨਾ ਉਹ ਤੁਹਾਡਾ ਇੱਕ ਬੱਚੀ ਜਾਂਦੀ ਆ ਉਹ ਤੁਹਾਡਾ ਕੁੱਲ ਖਤਮ ਹੁੰਦਾ ਗਿਆਨ ਤੋਂ ਹੀਣੇ ਹੋ ਕੇ ਠੱਗੇ ਜਾਓਗੇ ਸਾਡੇ ਕੋਲ ਬੜਾ ਖਜ਼ਾਨਾ ਪਿਆ ਸਿੱਖਾਂ ਦੇ ਕੋਲ ਤੁਹਾਡੇ ਕੋਲ ਸਿੱਧਕ ਹੈ ਤੁਹਾਡੇ ਕੋਲ ਭਰੋਸਾ ਹੈ ਤੁਹਾਡੇ ਕੋਲ ਪਿਆਰ ਹੈ ਤੁਹਾਡੇ ਕੋਲ ਸ਼ਰਧਾ ਹੈ ਤੁਹਾਡੇ ਕੋਲ ਇਨਸਾਨੀਅਤ ਵਰਗੇ ਔਰ ਇੰਨੇ ਚੰਗੇ ਚੰਗੇ ਗੁਣ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦਿੱਤੇ ਨੇ ਪਰ ਜੇ ਤੁਹਾਡੇ ਕੋਲ ਗਿਆਨ ਨਹੀਂ ਹੋਏਗਾ ਤੇ ਠੱਗੇ ਜਾਓਗੇ ਲੁੱਟੇ ਜਾਓਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਅੱਛਾ ਲੱਗਾ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਜੀ ਸਰਦਾਰਯੋਗ ਪੱਟੀ ਸਾਹਿਬ ਜੀ ਬਲਵੰਤ ਸਿੰਘ ਜੀ ਬਲਵਿੰਦਰ ਸਿੰਘ ਜੀ ਪੱਟੀ ਸਾਹਿਬ ਤੇ ਸਾਰੇ ਜਿਹੜੇ ਗੁਰ ਕੇ ਸਿੱਖ ਸਾਡੇ ਪਾਸ ਆਏ ਬਹੁਤ ਅੱਛੀ ਇੱਕ ਡਿਬੇਟ ਜਿਹੜੀ ਹੈ ਅਸੀਂ ਅੱਜ ਕੀਤੀ ਹੈ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਔਰ ਅਸੀਂ ਕੋਈ ਅਥਾਰਟੀ ਵੀ ਨਹੀਂ ਹਾਂ ਨਾ ਮੈਂ ਨਾ ਅਕਾਲ ਚੈਨਲ ਔਰ ਨਾ ਹੀ ਸਾਡੇ ਗੈਸਟ ਫਿਰ ਵੀ ਗੈਸਟ ਸਾਡੇ ਜੋ ਕਹਿੰਦੇ ਨੇ ਜ਼ਰੂਰੀ ਨਹੀਂ ਹੈ ਕਿ ਅਸੀਂ ਹਰ ਗੱਲ ਦੇ ਨਾਲ ਸਹਿਮਤ ਹੋਈਏ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇੰਤਜ਼ਾਰ ਰਹੇਗਾ ਆਪ ਜੀ ਦੇ ਫੀਡਬੈਕ ਦਾ ਬਹੁਤ ਬਹੁਤ ਧੰਨਵਾਦ ਫਤਿਹ ਬਲਾਣੀ ਵਾਹਿਗੁਰੂ ਜੀ ਕਾ ਖਾਲਸਾ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ